ਬੁਲੰਦ ਜੋਤੀ ਪੌਣ ਜਿਹੜੀ ਹੈ ਚੌਰ ਕਰ ਰਹੀ ਹੈ, ਸਮਝਵਾ ਰਹੀ ਹੈ ਉਸ ਪਰਮੇਸ਼ਰ ਦੀ ਉਸਾਰ ਵਿੱਚ ਆਪਾਂ ਸਾਰੇ ਆਨੰਦ ਲਈਏ, ਸਾਰੇ ਹਾਜ਼ਰੀ ਦਵਾਈ। ਤਨਾਸਰੀ ਮਹੱਲਾ ਪਹਿਲਾ ਆਰਤੀ ਓਮਕਾਰ ਸਤਿਗੁਰ ਪ੍ਰਸਾਦ ਕੈਸੀ ਆਰਤੀ ਹੋਏ, 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 ਕੈਸੀ ਆਰਤੀ ਹੋਏ। ਪਾਪ ਖੰਡਨਾ ਤੇਰੀ ਆਰਤੀ, ਪਾਪ ਖੰਡਨਾ ਤੇਰੀ ਸ਼ਬਦ ਬਚੰਤ ਤੇਰੀ, ਅਨਹਤਾ ਸ਼ਬਦ ਬਚੰਤ ਤੇਰੀ, ਕੈਸੀ ਆਰਤੀ ਹੋਏ, ਕੈਸੀ ਆਰਤੀ ਹੋਏ, ਕੈਸੀ ਆਰਤੀ ਹੋਏ, ਕੈਸੀ ਆਰਤੀ ਦੀਪਕ ਬਣੇ ਤਾਰੇ ਕਮੰਡਲ ਜਨਕ ਮੋਤੀ, ਧੂਪ ਮਲ ਆਂਦ ਲੋ ਪਵਣ ਚਗਰੋ ਕਰੇ, ਸਗਲ ਬਨ ਰਾਏ ਬੁਲੰਦ ਜੋਤੀ, ਸਗਲ ਬਨ ਰਾਏ ਬੁਲੰਦ ਜੋਤੀ, ਕੈਸੀ ਆਰਤੀ ਕੈਸੀ ਆਰਤੀ ਹੋਏ, ਕੈਸੀ ਆਰਤੀ ਹੋਏ, ਕੈਸੀ ਆਰਤੀ ਹੋਏ। ਸਹਿਸ ਤਵ ਨੈਣ ਤਨ ਨੈਣ ਹੈ ਤੋਹੇ ਤੋ, ਸਹਿਸ ਤਵ ਨੈਣ ਨਨ ਨੈਣ ਹੈ ਤੋਹੀ ਕੋ, ਸਹਿਸ ਮੂਰਤ ਨਨ ਏਕ ਤੋਹੀ, ਸਹਿਸ ਪਦ ਕਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਦੰਦ ਇਵ ਚਲਤ ਮੋਹੀ, ਸਭ ਮਹਿ ਜੋਤ ਜੋਤ ਸੋਏ, ਸਭ ਚਾਨਣ ਹੋਏ, ਤਿਸਕਾ ਚਾਨਣ ਸਭ ਮਨ ਚਾਨਣ ਹੋ, ਕੈਸੀ ਆਰਤੀ ਹੋਏ, ਕੈਸੀ ਆਰਤੀ
ਸਭ ਮਹਿ ਜੋਰ ਜੋਤ ਹੈ ਸੋਏ ਸਭ ਮਹਿ ਜੋਰ ਜੋਤ ਹੈ ਸੋ ਇਸ ਕੈ ਚਾਨਣ ਸਭ ਮਹਿ ਚਾਨਣ ਹੋਏ ਗੁਰਸਾ ਜਨ ਮੁਰਾਰੇ ਹਰ ਕੇ ਨਾਮ ਬਿੰਦ ਝੂਠੇ ਸਗਲ ਪਾਸਾਰੇ ਰਹਾਉ ਨਾਮ ਤਿਰ ਆਸਨੋ ਨਾਮ ਤਿਰ ਉਰਸਾ ਨਾਮ ਤਿਰ ਕੇਸਰ ਲੇ ਛਿਟਕਾਰੇ ਨਾਮ ਤਿਰ ਅੰਬਲਾ ਨਾਮ ਤਿਰ ਚੰਦਨ ਕਸ ਜਪੇ ਨਾਮ ਲੇ ਜਿਹੇ ਕੋ ਜਾ ਨਾਮ ਤਿਰ ਦੀਵਾ ਨਾਮ ਤਿਰ ਬਾਤੀ ਨਾਮ ਤੇਰੋ ਤੇਲ ਮਾਹੀ ਪਸਾਰੇ ਨਾਮ ਤੇਰੇ ਦੀ ਜੋਤ ਲਗਾਈ ਵਾਹਿਗੁਰੂ ਨਾਮ ਤੇਰਾ ਤੂੰ ਹੀ ਚਬਲ ਟੋਲਾ
ਦਸੀ ਅੱਠ ਅੱਠ ਸੱਟ ਚਾਰ ਖਾਣੀ ਇਹ ਬਰਤਨ ਸਗਲ ਸੰਸਾਰ ਕਹਿ ਰਵਿਦਾਸ ਨਾਮ ਤੇਰੋ ਆਰਤੀ ਕਹਿ ਰਵਿਦਾਸ ਨਾਮ ਤੇਰੋ ਆਰ ਸਤ ਨਾਮ ਸਤ ਨਾਮ ਸਤ ਨਾਮ ਹੈ ਅਟੋਟ ਹਰਿ ਸ੍ਰੀ ਸੈਮ ਦੀਪ ਪ੍ਰਿਤ ਸਾਜ ਆਰਤੀ ਪਾਰ ਨਿਜਾਉ ਮੰਗਲਾ ਪਾਤੀ ਮੰਗਲਾ ਹਰ ਮੰਗਲਾ ਇਤ ਮੰਗਲ ਰਾਜਾ ਰਾਮ ਪੁਰਾਉ ਉਤਮ ਜੀਅਰਾ ਨਿਰਮਲ ਪਾਤੀ ਤੋ ਹੀ ਨਿਰੰਜਨ ਕਮਲਾ ਪਾਤ ਭਗਤ ਰਾਮਾਨੰਦ ਜਾਣੇ ਪਰਮਾ ਪੂਰਨ ਪਰਮਾ ਨੰਦ ਪਕਾਨ ਮਦਨ ਮੂਰਤ ਬਹਿਤਾਰ ਗੋਬਿੰਦ ਸੈਨ ਬਣੇ ਅੱਜ ਪਰਮਾਨੰਦ ਪ੍ਰਭਾਤੀ ਸੁਨ ਸੰਦਿਆ ਜਿਨ ਦੇਵ ਦਿਵਾ ਕਰ ਅਤ ਪੰਡਿਆ ਜਿਸ ਪਾਈ ਸਿੱਧ ਸਮਾਦ ਅੰਤ ਨਹੀਂ ਪਾਇਆ ਸਿੱਧ ਸਮਾਦ ਅੰਤ ਨਹੀਂ ਪਾਇਆ ਲਾਗ ਰਹੇ ਸਰ ਨਾਹੀ ਲਿਹੋ ਆਰਤੀ ਹੋ ਪੁਰਖ ਨਿਰੰਜਨ ਸਤਿਗੁਰ ਪੂਜੋ ਪਾਈ ਸਤਿਗੁਰ ਪੂਜੋ ਪਾਈ ਡਾਢ ਬ੍ਰਹਮਾ ਨਿਭੂ ਵਿਚਾਰ ਅਲਖ ਨ ਲਖਿਆ ਜਾਈ ਰਹੋ ਤਤ ਤੇਲ ਨਾਮ ਕੀ ਬਾਤੀ ਦੀਪਕ ਤੇ ਪੁਜਿਆਰਾ ਜੋਤ ਲਾਏ ਜਗਦੀਸ਼ ਜਗਾਇਆ ਜੋਤ ਲਾਏ ਜੋਤ ਲਾਏ ਜੋਤ ਲਾਏ ਜਗਦੀਸ਼ ਜਗਾਇਆ ਸ਼ਬਦ ਅਨਾਹਤ ਵਾਜੇ ਸੰਗ ਸਾਰਿੰਗ ਪਾਣੀ ਕਬੀਰ ਦਾਸ ਤੇ ਆਰਤੀ ਕੀਨੀ ਨਿਰੰਕਾਰ ਨਿਰਬਾਨੀ ਤਨ ਗੋਪਾਲ ਤੇਰਾ ਆਰਤਾ ਗੋਪਾਲ ਤੇਰਾ ਆਰਤਾ ਜੋ ਜਨ ਤੁੰਦੀ ਭਗਤ ਕਰਨ ਤੇ ਤਿੰਕੇ ਦਾਸ ਵਾਰਦਾ ਪ੍ਰਸੰਨ ਬਲ ਤੇਰਾ ਵਹਿ ਸਸ ਹੈ ਕਰੁਣਾ ਨਿਤ ਮੇਰੀ ਅਬੈ ਬੇਨਤੀ ਸੁਨ ਨਿਜ ਆਉ ਨ ਮੰਗਤ ਹੁਕਮ ਤੇ ਕਸ਼ਟ ਚਾਹਤ ਹੂੰ ਚਿਤ ਮੈਂ ਸੋਈ ਕੀ ਜੈ ਸਤਨ ਸਪਤ ਹੀਰਾਨ ਪੀਤ ਜੂਜ ਮਰੂ ਤਉ ਸਾਜ ਬਤੀ ਜੈ
ਸੰਜ ਸਹਾਇ ਸਦਾ ਜਗ ਮਨ ਕਿਰਪਾ ਕਰ ਸਿਆਮ ਇਹ ਹੈ ਬਰ ਤੀਜ ਆਏ ਨਹੀਂ ਜਪ ਤੇ ਤੁੰਗ ਤਪ ਤੇ ਤੋ ਆਮ ਤਰਨ ਹੀ ਆਨੇ ਕਾਮ ਰਹੀ ਪੁਰਾਣ ਪੁਰਾ ਪੰਡਿਤ ਕਹਿ ਮਤ ਇੱਕ ਨਵਾ ਸਿਮਰਤ ਸਾਸਰ ਕੇਦ ਸਕਮ ਕੇਦ ਕਹਿ ਹਮ ਇੱਕ ਨਜਾ ਸ੍ਰੀ ਅਸ ਪਾਨ ਕਿਰਪਾ ਸਗਲ ਦੁਆਰ ਕੋ ਛਾਟ ਕੈ ਗਯੋ ਤੁਹਾਰ ਪਾਏ ਗਏ ਕਿਲਾ ਜਿਆ ਗੋਬਿੰਦ ਦਾਸ ਦਿਆਲੰ ਸਰੂਪੇ ਸਦਾ ਅੰਗ ਸੰਗੀ ਅਪੰਗੰ ਬਭੂਤੇ ਗੁਰੂ ਦੇ ਚਰਨਾਂ 'ਚ ਨਾਮ ਰੂਪੀ ਆਰਤੀ ਅਵਿਕ ਸ਼ਬਦ ਮੇਰੇ ਰਾਮ ਹਰ ਜਨ ਕੈ ਹਉ ਬਲ ਜਾਈ ਕੇਸਾ ਕਾ ਕਰ ਚਵਰ ਢੁਲਾਵਾ ਕਰਨ ਧੂੜ ਮੁਖ ਲਾਈ ਐਸੇ ਮਹਾਂਪੁਰਖ ਜਿਨ੍ਹਾਂ ਨੇ ਪਈ ਆਪ ਹੀ ਭਗਤੀ ਦਾ ਰੂਪ ਔਰ ਜਿੱਥੇ ਵੀ ਗਏ ਭਗਤੀ ਦੀ ਖੁਸ਼ਬੋ ਨਾਲ ਹੀ ਸਭ ਨੇ ਜੋੜਿਆ ਐਸੇ ਮਹਾਂਪੁਰਖਾਂ ਦੇ ਚਰਨ ਧੂੜ ਮਿਲੇ ਔਰ ਉਹਨਾਂ ਨੇ ਜਿਹੜੇ ਪੂਰਨੇ ਪਾਏ ਜੋੜਿਆ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਆਪਾਂ ਬਾਣੀ ਦੇ ਹਿਰਦੇ 'ਚ ਵਸਾਈਏ ਅਸ਼ਬਦ ਪੜ੍ਹ ਕੇ ਦਾਸ ਸਮਾਪਤੀ ਕਰਨਗੇ ਮੇਰੇ ਰਾਮ ਹਰ ਜਨ ਕੈ ਹਉ ਬਲ ਜਾਈ ਸਾਰੇ ਹੱਥ ਲਵਾਈ ਮੇਰੇ ਰਾਮ 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 ਹਰ ਜਨ ਕੈ ਹਉ ਬਲ ਜਾਈ ਹਰ ਜਨ ਕੈ ਹਉ ਬਲ ਜਾਈ ਹਰ ਜਨ ਕੈ ਹਉ ਬਲ ਜਾਈ ਹਰ ਜਨ ਕੈ ਹਉ ਜਨ ਕੈ ਹਉ ਬਲ ਜਾਈ ਹਰ ਜਨ ਕੈ ਹਉ ਬਲ ਜਾਈ ਕੇਸਾ ਕਾ ਕਰ ਚਵ ਢੁਲਾਵਾ ਕੇ
ਸੱਚਾ
ਸੱਚੀ ਵਡਿਆਈ ਜਿਸ ਕਿਸੇ ਦਿਨ ਜਾਤੇ ਸੱਚਾ ਸੁਖ ਸੱਚੀ ਵਡਿਆਈ ਜਿਸ ਕਿਸੇ ਦਿਨ ਜਾਤੇ ਐਸੇ ਮਹਾਂਪੁਰਖਾਂ ਦੀ ਯਾਦ ਜਨਮ ਮਰਨ ਦੋਹੋਂ ਮੈਂ ਨਾ ਹੀ ਜਨ ਪਰਉਪਕਾਰੀ ਆਏ ਸਮੇਂ ਸਮੇਂ ਨਾਲ ਆ ਕੇ ਪਏ ਕੌਮ ਦੀ ਅਗਵਾਈ ਕਰਦੇ ਹਨ। ਅੱਜ ਉਹਨਾਂ ਦੀ ਯਾਦ 'ਚ ਆਪਾਂ ਜੁੜੇ ਹਾਂ ਪਰ ਉਹੀ ਪੂਰ ਨੇ ਜੋ ਸਾਡੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਮਹਾਨ ਇਤਿਹਾਸ ਰਚਿਆ। ਇਹ ਦਿਨ ਚਾਰ ਸਾਹਿਬਜ਼ਾਦਿਆਂ ਦੀ ਮਹਾਨ ਮਹਾਨ ਸ਼ਹਾਦਤ ਦੀ ਮਾਤਾ ਗੁਜਰ ਕੌਰ ਜੀ ਆਪਾਂ ਸਾਰੇ ਜੁੜੇ ਹਾਂ ਸਭ ਦੀ ਹਾਜ਼ਰ ਪ੍ਰਵਾਨ ਕਰਨ ਸਤਿਗੁਰੂ ਜੀ ਤੋਂ ਇੱਥੇ ਸਮਾਪਤੀ ਹੈ। ਆਪ ਹੁਣ ਵਿਸ਼ਰਜਨ ਆਪ ਜੀ ਨੂੰ ਕਵਿਤਾਵਾਂ ਦਾ ਨਿਹਾਲ ਕਰਨਗੇ। ਇਸ ਤਰ੍ਹਾਂ ਭਾਈ ਸਾਹਿਬ ਜੀ ਜਾਣ ਸਿੰਘ ਜੀ ਕਥਾ ਸੋ ਰਲ ਮਿਲ ਕੇ ਆਪਾਂ ਸਾਰੀਆਂ ਭਰਮੀਆਂ ਹਨ
ਅਤੇ ਬੁਲਾਓ ਜੀ ਕੱਦ ਦੇ ਸਰੀਰ ਦੇ ਗੁਣਾਂ ਪਰ ਸਾਰੀ ਇਸੇ ਤਰ੍ਹਾਂ 9 ਵਜੇ ਜੋ ਸ੍ਰੀ ਅਖੰਡ ਸਾਹਿਬ ਜੀ ਦੇ ਭੋਗ ਆਰੰਭ ਹੋ ਜਾਣੇ ਹਨ। ਉਸ ਤੋਂ ਪਹਿਲਾਂ ਇਸ ਸਥਾਨ 'ਤੇ ਜਾਂ ਸ਼ਨੀਵਾਰ ਲੱਗੇਗੀ ਤਾਂ ਆਪ ਜੀ ਜ਼ਰੂਰ 7:30 ਵਜੇ ਤੋਂ ਆਓ, ਹਾਜ਼ਰੀਆਂ ਭਰੋ। ਆ ਸ਼ਨੀਵਾਰ ਦੀ ਬੜੀ ਵੱਡੀ ਮਹਾਨਤਾ ਹੈ। ਆਸਾ ਪੂਰਨ ਕਰਨ ਵਾਲੀ ਐਸੀ ਬਾਣੀ ਤੋਂ ਉਹਨੇ ਜ਼ਿਆਦਾਤਰ ਭਜਣਾ 9 ਵਜੇ ਸ੍ਰੀ ਅਖੰਡ ਸਾਹਿਬ ਜੀ ਜੋ ਪ੍ਰੰਭ ਜੋ ਭੋਗ ਪੈਣੇ ਹਨ, ਉਪਰੰਤ ਦੋ ਦੀਵਾਨ 1 ਵਜੇ ਤੱਕ ਸੱਜਣਾ ਹੈ। ਸਾਰੇ ਹਾਜ਼ਰੀਆਂ ਭਰਾਂਗੇ। ਅਤੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਜਿਨ੍ਹਾਂ ਦੇ ਲਖਤੇ ਜਗੈਲ ਚਾਲੀ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ, ਬਾਬਾ ਫਤਿਹ ਸਿੰਘ, ਤਿੰਨਾਂ ਦੀ ਸ਼ਹੀਦੀ ਅਤੇ ਨੇਕਾਂ ਸਿੰਘਾਂ ਸਿੰਘਣੀਆਂ ਬੱਚਿਆਂ ਭਚੰਗੀਆਂ ਦੀ ਸ਼ਹੀਦੀ ਨੂੰ ਕੋਟਨ ਕੁਟਾਨ ਪ੍ਰਣਾਮ ਕਰਨ ਵਾਸਤੇ ਆਪਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਪਹੁੰਚੇ ਹਾਂ। ਧੰਨ ਧੰਨ ਬਾਬਾ ਦੀਪ ਸਿੰਘ ਜੀ ਦੰਗ ਮਿੰਟਕ ਸਾਲ ਜਿਨ੍ਹਾਂ ਤੋਂ ਸ਼ੁਰੂ ਹੋਈ ਹੈ, ਉਸ ਮਹਾਨ ਯੋਧੇ ਦੇ ਨਾਂ 'ਤੇ ਜੋ ਅਸਥਾਨ ਬਣਿਆ ਹੈ, ਉਸ ਸਥਾਨ 'ਤੇ ਅਸੀਂ ਸ਼ਹੀਦਾਂ ਨੂੰ ਪ੍ਰਣਾਮ ਕਰਨ ਵਾਸਤੇ ਆਏ ਹਾਂ। ਆਓ ਗੁਰੂ ਚਰਨਾਂ ਵਿੱਚ ਸੀਸ ਝੁਕਾਈਏ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਫਰਮਾਨ ਹੈ, ਜਉ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਲ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੇ, ਸਿਰ ਦੀਜੇ ਕਾਣ ਨ ਕੀਜੈ। ਉਹਨਾਂ ਨੇ ਉਸ ਨੀਂਹ ਨੂੰ ਰੱਖ ਦਿੱਤਾ, ਕਿਹਾ ਜੇ ਪਹਿਲਾ ਮਰਨ ਕਬੂਲ ਹੈ, ਜੀਵਨ ਕੀ ਛੱਡ ਆਸ ਹੋ, ਸਭਨਾ ਕੀ ਰੇਣਕਾ, ਤੋਂ ਆਓ ਹਮਾਰੇ ਸਾ ਪਾਸ। ਜਉ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਲ ਤਲੀ ਗਲੀ ਮੇਰੀ ਆਓ। ਬੜੀਆਂ ਕੁਰਬਾਨੀਆਂ, ਬੜੀ ਜਿਸ ਨੂੰ ਇਹ ਸਿੱਖੀ ਦਾ ਚਾਅ ਹੈ, ਉਹ ਆਪਣਾ ਸਿਰ ਤਲੀ ਦੇ ਉੱਤੇ ਰੱਖ ਕੇ ਇਸ ਦਰ 'ਤੇ ਆਵੇ, ਸਿਰ ਟਿਕਾ ਕੇ ਆਵੇ। ਬਾਬਾ ਕਬੀਰ ਜੀ ਲਿਖਦੇ ਹਨ, ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ, ਕਬੂ ਨਾ ਛਾਡੇ ਖੇਤ। ਗੁਰੂ ਨਾਨਕ ਦੇ ਘਰ ਨੇ ਉਹਨਾਂ ਦੇ ਇਹ ਸ਼ਬਦ ਨੂੰ ਪ੍ਰੈਕਟੀਕਲ ਕਰਕੇ ਵਿਖਾਇਆ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਤੱਤੀ ਤਵੀ 'ਤੇ ਬੈਠ ਕਰਕੇ
ਸ਼ਹੀਦੀਆਂ ਦਾ ਸਿਲਸਿਲਾ ਸ਼ੁਰੂ ਕੀਤਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪ ਜਾ ਕਰਕੇ ਹਿੰਦੂ ਧਰਮ ਦੀ ਰਾਖੀ ਲਈ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹੀਦੀ ਦਿੱਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਨ੍ਹਾਂ ਨੇ ਖਾਲਸਾ ਪੰਥ ਦੀ ਨੀਂਹ ਰੱਖੀ, ਸ਼ਹੀਦੀਆਂ ਤੋਂ ਨੀਂਹ ਸ਼ੁਰੂ ਹੋਈ, ਸਿਰ ਦੇ ਕਰਕੇ ਸਿੱਖੀ ਲਈ, ਉਹ ਜਿਹੜੀ ਸਿੱਖੀ ਜਿਹੜੇ ਅੰਮ੍ਰਿਤ ਦੀ ਪੌਲ ਖਾਲਸੇ ਨੇ ਲੈ ਲਈ, ਉਹ ਖਾਲਸੇ ਨੇ ਕਦੀ ਵੀ ਮਰਨ ਤੋਂ ਨਹੀਂ ਡਰਿਆ। ਭਾਵੇਂ ਜਿੰਨੇ ਮਰਜ਼ੀ ਪਰਚੇ ਪਏ, ਭਾਵੇਂ ਅੱਜ ਦਾ ਯੁੱਗ ਹੋਵੇ, ਭਾਵੇਂ ਪੁਰਾਤਨ ਯੁੱਗ ਹੋਵੇ, ਕਿੱਥੋਂ ਆਨੰਦਪੁਰ ਸਾਹਿਬ ਤੋਂ 8 ਮਹੀਨੇ ਦਾ ਲਗਭਗ ਘੇਰਾ ਇਤਿਹਾਸਕਾਰਾਂ ਨੇ ਲਿਖਿਆ ਹੈ, ਉੱਥੇ ਛਿੱਲਾਂ ਖਾ ਕਰਕੇ ਵੀ, ਦਰਖਤਾਂ ਦੀਆਂ ਛਿੱਲਾਂ ਖਾ ਕਰਕੇ ਵੀ ਗੁਜ਼ਾਰਾ ਕੀਤਾ। ਕਿੱਥੇ ਸਿੰਘਾਂ ਦੇ ਕਹਿਣ ਦੇ ਉੱਤੇ, ਸੰਗਤਾਂ ਦੇ ਕਹਿਣ ਦੇ ਉੱਤੇ ਆਨੰਦਪੁਰ ਸਾਹਿਬ ਜੀ ਦਾ ਕਿਲ੍ਹਾ ਛੱਡਿਆ। ਕਸਮਾਂ ਖਾਧੀਆਂ ਹਿੰਦੂ ਰਾਜਿਆਂ ਨੇ, ਪਹਾੜੀ ਰਾਜਿਆਂ ਨੇ ਗਊਂ ਦੀਆਂ ਕਸਮਾਂ ਖਾਧੀਆਂ, ਅਤੇ ਮੁਸਲਮਾਨਾਂ ਮੁਗਲਾਂ ਨੇ ਕੁਰਾਨ ਦੀਆਂ ਕਸਮਾਂ ਖਾਧੀਆਂ, ਪਰ ਆਪਣੀਆਂ ਕਸਮਾਂ ਤੋਂ ਮੁੱਕਰ ਗਏ, ਯੁੱਧ ਛੇੜ ਦਿੱਤਾ, ਪਰ ਖਾਲਸੇ ਨੇ ਡੱਟ ਕੇ ਮੁਕਾਬਲਾ ਕੀਤਾ। ਕਿੱਥੇ ਪਰਿਵਾਰ ਵਿਛੋੜਾ ਹੋਇਆ, ਸਰਸਾ ਨਦੀ ਦੇ ਕੰਢੇ ਦੇ ਉੱਤੇ ਦੋ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਸਮੇਤ 40 ਸਿੰਘਾਂ ਦੇ ਚਮਕੌਰ ਦੀ ਗੜੀ ਨੂੰ ਚਲੇ ਗਏ। ਦੋ ਲਖਤੇ ਜਿਗਰ ਕੌਰ ਜੀ ਦੇ ਨਾਲ ਗੰਗੂ ਆਪਣੇ ਪਿੰਡ ਖੇੜੀ ਲੈ ਗਿਆ। ਚਮਕੌਰ ਦੀ ਗੜੀ ਦੇ ਵਿੱਚ ਜਾ ਕਰਕੇ ਮੁਗਲਾਂ ਨੇ ਘੇਰਾ ਪਾ ਲਿਆ। ਉਸ ਤੋਂ ਪਹਿਲਾਂ ਬਾਬਾ ਬਚਿੱਤਰ ਸਿੰਘ ਜੀ ਦੀ ਸ਼ਹੀਦੀ ਹੋਈ, ਭਾਈ ਉਦੇ ਸਿੰਘ ਜੀ ਦੀ ਸ਼ਹੀਦੀ ਹੋਈ। ਉਹਨਾਂ ਨੇ ਸ਼ਹੀਦੀ ਦੇ ਜਾਮ ਪੀਤੇ, ਚਮਕੌਰ ਦੀ ਗੜੀ ਨੂੰ ਘੇਰਾ ਪਿਆ। ਆਪ ਜਾਣਦੇ ਹੋ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੋ ਲਖਤੇ ਜਿਗਰ, ਜਿਨ੍ਹਾਂ ਨੇ ਹੱਸ ਹੱਸ ਕੇ ਸ਼ਹੀਦੀਆਂ ਪਾਈਆਂ। ਸਤਿਗੁਰੂ ਜੀ ਦੇ ਪ੍ਰਾਣਾਂ ਤੋਂ ਪਿਆਰੇ ਸਿੰਘ ਸ਼ਹੀਦ ਹੋ ਗਏ। ਸਿੰਘਾਂ ਦੇ ਹੁਕਮ ਕਰਨ ਦੇ ਉੱਤੇ ਸਤਿਗੁਰੂ ਜੀ ਨੇ ਇੱਕ ਵੀ ਅਥਰੂ ਨਹੀਂ ਵਹਾਇਆ, ਸਗੋਂ ਜਕਾਰੇ ਛੱਡੇ। ਉਹਨਾਂ ਦੇ ਜਦੋਂ ਉਹ ਸੱਚਖੰਡ ਬਿਆਨਾ ਕੀਤਾ, ਲੜਦੇ ਲੜਦੇ ਜੰਗ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ, ਅਤੇ ਮੇਰੇ ਸਤਿਗੁਰੂ ਜੀ ਗੜੀ ਦੇ ਉੱਤੇ ਚੜ੍ਹ ਕੇ ਜਕਾਰੇ ਛੱਡ ਰਹੇ ਹਨ। ਸੰਗਤਾਂ ਦੇ ਹੁਕਮ ਕਰਨ 'ਤੇ ਸਤਿਗੁਰੂ ਜੀ ਨੇ ਚਮਕੌਰ ਦੀ ਗੜੀ ਨੂੰ ਛੱਡਣਾ ਕੀਤਾ, ਤਾੜੀ ਮਾਰ ਕੇ ਨਿਕਲੇ ਅਤੇ ਮੁਗਲਾਂ ਨੂੰ ਆਪਸਾਂ ਵਿੱਚ ਭਾਜਣਾ ਪੈ ਗਈਆਂ। ਉੱਧਰ ਦੋ ਲਖਤੇ ਜਿਗਰ ਮਾਤਾ ਗੁਜਰ ਕੌਰ ਜੀ ਦੇ ਨਾਲ ਗੰਗੂ ਨੇ ਲਾਲਚ ਵੱਸ ਹੋ ਕਰਕੇ ਮਰਿੰਡੇ ਦੇ ਥਾਣੇ ਵਿਖੇ ਫੜਾ ਦਿੱਤੇ, ਜਿਨ੍ਹਾਂ ਨੂੰ ਜਾ ਕੇ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ, ਗੱਜ ਕੇ ਫਤਿਹ ਬੁਲਾਈ। ਬੜੇ ਲਾਲਚ ਡਰਾਵੇ ਦਿੱਤੇ ਗਏ ਕਿ ਤੁਸੀਂ ਆਪਣਾ ਧਰਮ ਛੱਡ ਕੇ ਮੁਸਲਮਾਨ ਹੋ ਜਾਓ, ਤੁਹਾਨੂੰ ਬਾਦਸ਼ਾਹ ਬਣਾ ਦਿੱਤਾ ਜਾਵੇਗਾ, ਤੁਹਾਨੂੰ ਰਾਜ ਭਾਗ ਦੇ ਦਿੱਤੇ ਜਾਣਗੇ, ਤੁਹਾਨੂੰ ਹੂਰਾਂ ਦੇ ਦਿੱਤੀਆਂ ਜਾਣਗੀਆਂ। ਬੜੇ ਲਾਲਚ ਦਿੱਤੇ ਗਏ, ਬੜੇ ਡਰਾਵੇ ਦਿੱਤੇ ਗਏ, ਜੇ ਧਰਮ ਨਾ ਛੱਡੋਗੇ ਤੁਹਾਨੂੰ ਕਤਲ ਕਰ ਦਿੱਤਾ ਜਾਵੇਗਾ। ਪਰ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਖਤੇ ਜਿਗਰ ਸਨ, ਮਾਤਾ ਗੁਜਰ ਕੌਰ ਜੀ ਦੇ ਪੋਤਰੇ ਸਨ, ਜਿਨ੍ਹਾਂ ਨੇ ਕਿਹਾ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਹੱਸ ਹੱਸ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਨੀਆਂ ਵਿੱਚ ਚਿਣਨ ਦਾ ਹੁਕਮ ਹੋਇਆ। 7 ਤੇ 9 ਸਾਲ ਦੇ ਲਖਤੇ ਜਿਗਰ ਨੀਆਂ ਦੇ ਵਿੱਚ ਚਿਣ ਕਰਕੇ ਸ਼ਹੀਦ ਕਰ ਦਿੱਤੇ ਗਏ।
ਉਹ ਸ਼ਹੀਦੀਆਂ ਦੇ ਪੂਰਨੇ ਐਸੇ ਪਾ ਗਏ, ਭਾਵੇਂ ਮੁਗਲਾਂ ਨੂੰ ਧੱਕਣ ਵਿੱਚ, ਬਾਹਰ ਕੱਢਣ ਵਿੱਚ ਸਿੰਘਾਂ ਨੇ ਹੱਸ ਹੱਸ ਕੇ ਕੁਰਬਾਨੀਆਂ ਦਿੱਤੀਆਂ। ਉਹਨਾਂ ਪਾਏ ਹੋਏ ਪੂਰਨਿਆਂ ਨੂੰ ਸਿੰਘਾਂ ਨੇ ਗਾਂ, ਸਿੱਖਾਂ ਨੇ ਉਸੇ ਇਤਿਹਾਸ ਦੀ ਲੜੀ ਨੂੰ ਤੋੜਿਆ। ਭਾਵੇਂ ਅੱਜ ਦਾ ਯੁੱਗ ਹੋਵੇ, ਅੰਗਰੇਜ਼ਾਂ ਨੂੰ ਧੱਕਣ ਵਿੱਚ ਵੀ, ਦੇਸ਼ ਦੇ ਵਿੱਚੋਂ ਬਾਹਰ ਕੱਢਣ ਵਿੱਚ ਵੀ, ਸਿੱਖ ਵੀ ਪਿੱਛੇ ਨਹੀਂ ਹਟੇ। ਉਹ ਗੁਰੂ ਦੇ ਲਾਡਲੇ ਸਿੰਘ ਪਿੱਛੇ ਨਹੀਂ ਹਟੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਖੰਡੇ ਦੀ ਪਹੁ ਲਈ। ਉਹਨਾਂ ਨੇ ਹੱਸ ਹੱਸ ਕੇ ਕੁਰਬਾਨੀਆਂ ਕੀਤੀਆਂ, ਇਤਿਹਾਸ ਦੀ ਲੜੀ ਨੂੰ ਆਪਣੇ ਖੂਨ ਦੇ ਨਾਲ ਲਿਖਿਆ ਉਹਨਾਂ ਨੇ। ਜਾਂ ਭਾਵੇਂ ਅੱਜ ਦਾ ਯੁੱਗ ਹੋਵੇ, ਸੰਤ ਜਰਨੈਲ ਸਿੰਘ ਜੀ ਖਾਲਸਾ ਦਮਦਮੀ ਟਕਸਾਲ ਪਿੰਡਰਾਂ ਵਾਲੇ, ਉਹਨਾਂ ਨੇ ਹੱਸ ਹੱਸ ਕੇ ਹਰਿਮੰਦਰ ਸਾਹਿਬ ਜੀ ਦੀ ਜੋ ਸਰਕਾਰ ਬੇਅਦਬੀ ਕਰਨਾ ਚਾਹੁੰਦੀ ਸੀ ਉਸ ਨੂੰ ਰੋਕਣ ਵਾਸਤੇ ਹੱਸ ਹੱਸ ਕੇ ਕੁਰਬਾਨੀਆਂ ਕੀਤੀਆਂ। ਇਹ ਜੋ ਇਤਿਹਾਸ ਸਿੱਖਾਂ ਨੇ ਲਿਖਿਆ ਹੈ, ਉਸ ਨੂੰ ਇਸ ਕਵਿਤਾ ਦੇ ਰਾਹੀਂ ਜਿੰਨਾ ਕੁ ਸਮਾਂ ਪ੍ਰਾਪਤ ਹੋਇਆ ਹੈ, ਇਸ ਕਵਿਤਾ ਦੇ ਰਾਹੀਂ ਕਹਿ ਕਰਕੇ ਸਮਾਪਤੀ ਕਰਾਂਗੇ। ਸੋ ਆਓ ਇੱਕ ਕਵਿਤਾ ਕਹਿਣੀ ਹੈ ਉਹ ਸਿੱਖਾਂ ਦੀ ਕੁਰਬਾਨੀ ਬਾਰੇ ਜੋ ਅੱਜ ਅਸੀਂ ਦਿਹਾੜਾ ਮਨਾ ਰਹੇ ਹਾਂ। ਆਓ ਸਰਵਣ ਕਰੋ। ਤਪ ਕੀਤਾ ਜਿੱਥੇ ਬੈਠ ਸੰਤਾਂ ਮਹਾਤਮਾ ਨੇ, ਪੂਜਣ ਦੇ ਜੋਗ ਹੁੰਦਾ ਥਾਂ ਉਹ ਮੁਰੀਦਾਂ ਦਾ, ਉਹ ਜਿਉਂਦਿਆਂ ਬੇਸ਼ੱਕ ਹੋਣ ਚੰਮ ਦੇ ਚਲਾਏ ਸਿੱਕੇ, ਨਾਮ ਨਾ ਨਿਸ਼ਾਨ ਰਹਿੰਦਾ ਭੰਬਰਾ ਪੁਲੀਦਾਂ ਦਾ, ਹੋ ਕਿਸਤਾਂ ਚੁਕਾਈਆਂ ਜਿਵੇਂ ਸੀਸ ਦੇ ਕੇ ਖਾਲਸੇ ਨੇ, ਸਾਡੇ ਕੋਲ ਪਿਆ ਥੱਬਾ ਸੰਭਿਆ ਰਸੀਦਾਂ ਦਾ, ਪਾਰਸਾ ਮਹਾਨ ਮਿਲੇ ਲੱਗਦੇ ਹਮੇਸ਼ ਰਹਿਣੇ, ਜਿਹੜੀ ਜਗ੍ਹਾ ਉੱਤੇ ਖੂਨ ਡੁੱਲਿਆ ਸ਼ਹੀਦਾਂ ਦਾ, ਜਿਹੜੀ ਜਗ੍ਹਾ ਉੱਤੇ ਖੂਨ ਡੁੱਲਿਆ ਸ਼ਹੀਦਾਂ ਦਾ, ਇਤਿਹਾਸਿਕ ਖਾਲਸੇ ਦਾ ਨਹੀਂ ਕੋਈ ਕਲਪਤ ਘੜੀ ਕਹਾਣੀ, ਸਿੱਖੀ ਨੇ ਜਨਮ ਲਿਆ ਤਿੱਖੀ ਧਾਰ ਤੇਗ ਦੇ ਥਾਣੀ, ਮਾਣ ਖਾਲਸੇ ਦਾ ਕਈ ਚਮਕੌਰ ਵਰਗੀਆਂ ਗੜੀਆਂ ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ, ਇਤਿਹਾਸ ਖਾਲਸੇ ਦਾ ਨਹੀਂ ਕੋਈ ਕਲਪਤ ਘੜੀ ਕਹਾਣੀ, ਸਿੱਖੀ ਨੇ ਜਨਮ ਲਿਆ ਸਿੱਖੀ ਧਾਰ ਤੇਗ ਦੇ ਥਾਣੀ, ਅਨਮਾਨ ਖਾਲਸੇ ਦਾ ਕਈ ਚਮਕੌਰ ਵਰਗੀਆਂ ਗੜੀਆਂ ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ, ਤੱਤੀਆਂ ਤਵੀਆਂ ਤੋਂ ਦੱਸਣ ਕੀ ਉਬਲਦੀਆਂ ਡੇਗਾਂ, ਸਿਰ ਵੱਢ ਜਲਾਤਾਂ ਨੇ ਕਿੰਨੀਆਂ ਖੁੰਡੀਆਂ ਕਰ ਲਈਆਂ ਤੇਗਾਂ, ਉਹ ਖੁਦ ਮਿਟ ਗਏ ਹਸਤੀ ਤੋਂ ਮੰਨੀਆਂ ਨਾ ਦੁਸ਼ਮਣ ਦੀਆਂ ਤੜੀਆਂ, ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ, ਦੁਸ਼ਮਤੀ ਦਾਸ ਜੀਵਿਆ ਜਿਸਮਤੀ ਦਾਸ ਚੀਰਿਆ, ਆਰਾ ਭਰੇ ਸ਼ਹਾਦਤ ਲੰਬੀ ਖੋਪਰ ਤਾਰੂ ਸਿੰਘ ਦਾ,
ਲਾਹੂ ਦੀ ਖੁੰਡੀ ਕਲੰਬੀ ਉਹ ਤਨ ਕਾਟ ਕਾਟ ਅਰਪਿਆ ਆਈਆਂ ਜਦੋਂ ਅੰਤ ਦੀਆਂ ਘੜੀਆਂ ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ ਸੋ ਕਤਲ ਕਰੇ ਸੀ ਜੋ ਐਨ ਬੰਦੇ ਦੇ ਮੂਰੇ ਵਿੱਚ ਅਸਲ ਪ੍ਰੀਖਿਆ ਦੇ ਉਤਰੇ ਸੌ ਪੀਸੀ ਦੀ ਪੂਰੇ ਉਹ ਜਰਾ ਵੀ ਮੰਨੇ ਨਾ ਉਹ ਜਰਾ ਵੀ ਮੰਨੇ ਨਾ ਦਿੰਦੇ ਰੇਤ ਖਲੀਫਾਂ ਬੜੀਆਂ ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ ਕਰਕੇ ਹਿੱਕੂ ਅੱਡ ਕਲੇਜਾ ਤੁਲਿਆ ਮੁੱਖ ਬੰਦੇ ਦੇ ਪਿਆਰੇ ਪੁੱਤ ਦਾ ਕੱਢ ਕਲੇਜਾ ਉਹ ਚੱਲਿਆ ਕਤਲਗਾਹ ਨੂੰ ਦੋਵੇਂ ਬਾਹਾਂ ਕਰਕੇ ਖੜੀਆਂ ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ ਅੰਮ੍ਰਿਤਸਰ ਪਹੁੰਚੀ ਪਹੁੰਚੇ ਗੰਗਸਰ ਜੈ ਤੋ ਜੱਥੇ ਵਿੱਚ ਵਰਦੀ ਗੋਲੀ ਦੇ ਹਸ ਹਸ ਮਰੇ ਸਾਹਮਣੇ ਮੱਥੇ ਉਹ ਸੀ ਮੌਤ ਬਿਆਵਣ ਨੂੰ ਜਿੰਨਾ ਬਨ ਬਨ ਸੇਰੇ ਚੜੀਆਂ ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ ਜੋ ਅੰਗਰੇਜ਼ਾਂ ਨੂੰ ਪੁੱਛੋ ਅੰਗਰੇਜ਼ਾਂ ਨੂੰ ਕੀਤਾ ਸਾਰਾ ਗੜੀ ਵਿੱਚ ਸਾਕਾ ਆਖਰ ਦੇ ਦਮ ਤਾਈ ਛੱਡਿਆ ਨਹੀਂ ਜੋਧਿਆਂ ਨਾਕਾ ਉਹ ਮੈਂ ਕਾਲਫ ਲਿਖ ਗਿਆ ਹੈ ਜਿਸਨੇ ਘੋਕ ਤਰੀਕਾਂ ਪੜੀਆਂ ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ ਕਵੀਸ਼ਰ ਤੇ ਕੀ ਸਰੂਪ ਵਿਚਾਰੇ ਜਾਣਨ ਪੱਟੀ ਨਨਕਾਣੇ ਦੀ ਦੇ ਵਿੱਚ ਕੀਤਾ ਸਿੰਘਾਂ ਨੇ ਚਾਨਣ ਉਹ ਵਿੱਚ ਸ਼ਮਾ ਕੁਰਬਾਨੀ ਦੀ ਜਿੰਦਾ ਵਾਂਗ ਪਤੰਗੇ ਸੜੀਆਂ ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ ਸਿੱਖਾਂ ਨੇ ਸਿਦਕ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ ਇਹ ਸਾਡਾ ਸਿੱਖ ਇਤਿਹਾਸ ਇਹ ਸਾਡਾ ਗੁਰੂ ਦਾ ਇਤਿਹਾਸ ਇਸ ਨੂੰ ਬੋਲਿਆਂ ਜ਼ਿੰਦਗੀ ਲੱਗ ਜਾਂਦੀ ਹੈ ਸੋ 5-10 ਮਿੰਟ ਦੇ ਵਿੱਚ ਕੁਝ ਨਹੀਂ ਸੁਣਾਇਆ ਜਾਂਦਾ ਸੋ ਜਿੰਨੇ ਕੁ ਥੋੜ੍ਹਾ ਬਹੁਤ ਜਿੰਨਾ ਵੀ ਸਮਾਂ ਮਿਲਿਆ ਹੈ ਆਪ ਜੀ ਪ੍ਰਵਾਨ ਕਰਨਾ ਹੋਈਆਂ ਭੁੱਲਾਂ ਚੁੱਕਣ ਦੀ ਮਾਫ਼ੀ ਬਖਸ਼ ਕਰਨ ਦੀ ਇਤਿਹਾਸ ਨੂੰ ਬੋਲਦਿਆਂ ਇੱਕ ਨੀਕਾਂ ਭੁੱਲਾਂ ਚੁੱਕ ਰਹਿ ਗਈਆਂ ਹੋਣਗੀਆਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਤੇ ਗੁਰੂ ਸਾਹਿਬ ਜੀ ਦੀ ਸੰਗਤ ਬਖਸ਼ਣ ਯੋਗ ਹੈ ਆਓ ਸੀ ਚਕਾਓ ਦਿਓ ਸੱਜਣ ਅਸੀਸੜੀਆਂ ਜੋ ਹੋਵੇ ਸਹਿਬ ਸਿਓ ਮੇਲ ਗੱਜ ਵੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਦਾਸ ਜੀ ਫਿਰ ਤੋਂ ਫਤਿਹ ਪ੍ਰਵਾਨ ਕਰਨੀ ਸਾਧ ਜੀ ਇਹ ਨੇ ਭਾਈ ਸਾਹਿਬ ਜੀ ਭਾਈ ਮੁਖਤਾਰ ਸਿੰਘ ਜੀ ਅਤੇ ਨਾਲ ਉਹਨਾਂ ਦੇ ਸਾਥੀ ਜਿਨ੍ਹਾਂ ਨੇ ਕਵਿਤਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਹੈ ਹੁਣ ਸਾਡੇ ਕੋਲ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਨਿਸ਼ਾਨ ਸਿੰਘ ਜੀ
ਜੋ ਕਿ ਇੰਡੀਆ ਦੀ ਧਰਤੀ ਤੋਂ ਆਏ ਨੇ, ਕਲਗੀਧਰ ਪਿਤਾ ਦੇ ਚਰਨਾਂ 'ਚੋਂ ਪਾਉਂਟਾ ਸਾਹਿਬ ਦੀ ਧਰਤੀ ਤੋਂ, ਉਹਨਾਂ ਨੂੰ ਬੇਨਤੀ ਆ ਕਿ 40 ਕੁ ਮਿੰਟ 8:10 ਤੱਕ ਇਹ ਕਥਾ ਨਾਲ ਲਿਆਣ ਕਰਕੇ ਸੰਗਤਾਂ ਨੂੰ। ਉਸ ਤੋਂ ਉਪਰੰਤ ਅਰਦਾਸ ਬੇਨਤੀ ਹੋ ਗਈ, ਸਾਰੀ ਸੰਗਤ ਨੂੰ ਬੇਨਤੀ ਕਿ ਅੱਧਾ ਕੁ ਘੰਟਾ ਸਾਧ ਜੀ ਟਕਾ ਬਣਾ ਕੇ ਬੈਠੇ ਰਹਿਣਾ, ਸ਼ਰਧਾ ਦੀ ਫੁੱਲ ਘੇਟ ਭੇਟ ਕਰਨ ਆਈਆਂ ਸੰਗਤਾਂ ਦਾ ਸਾਰੀਆਂ ਦਾ ਧੰਨਵਾਦ, ਅੱਧਾ ਕੁ ਘੰਟਾ ਆਪਾਂ ਟਕਾ ਕੇ ਬਣਾ ਕੇ ਬਹਿਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਇੱਕ ਅਕਾਲ ਦਾ ਪੁੱਤ, ਉਹ ਮਾਂ ਗੁਜਰੀ ਦੇ ਦੁੱਧ ਦੀ ਮਹਾਂ ਸ਼ਕਤੀ ਮੁੜ ਕੇ ਜੰਮਣਾ ਨਹੀਂ, ਉਹਦੇ ਨਾਲ ਦਾ ਪੁੱਤ। ਬਾਜਾਂ ਵਾਲੇ, ਤਾਜਾਂ ਵਾਲੇ, ਸਾਜਾਂ ਵਾਲੇ, ਰਾਗਾਂ ਵਾਲੇ ਤੇ ਮਿੱਠੀਆਂ ਆਵਾਜ਼ਾਂ ਵਾਲੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ, ਚਾਰ ਸਾਹਿਬਜ਼ਾਦੇ ਅਤੇ ਦਾਦੀ ਮਾਂ ਗੁਜਰ ਕੌਰ ਜੀ
ਅਤੇ ਰਹਿਣੀ ਕਹਿਣੀ ਸਹਿਣੀ ਦੇ ਮਾਲਕ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਦੀ ਸਾਲਾਨਾ ਬਰਸੀ ਨੂੰ ਮੁੱਖ ਰੱਖਦਿਆਂ ਹੋਇਆਂ ਅਨੋਖੇ ਅਮਰਤ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਮ 'ਤੇ ਇਹ ਪਾਵਨ ਅਸਥਾਨ ਸੁਭਾਏਮਾਨ ਹੈ। ਦਮਦਮੀ ਟਕਸਾਲ ਦੇ ਸਮੂਹ ਸਿੰਘਾਂ ਵੱਲੋਂ ਗੁਰੂ ਕਿਰਪਾ ਦੇ ਸਦਕਾ ਇਸ ਅਸਥਾਨ ਦੀ ਉਸਾਰੀ ਹੋਈ ਹੈ। ਗੁਰੂ ਕਲਗੀਧਰ ਪਾਤਸ਼ਾਹ ਦਰਸ ਕਰਨ, ਰਹਿਮਤ ਕਰਨ, ਏਕਤਾ ਇਤਫਾਕ, ਭਾਈਚਾਰੇ ਦੀ ਦਾਤ ਸਾਨੂੰ ਬਖਸ਼ਿਸ਼ ਕਰਨ। ਸੋ ਹੁਣ ਅਸੀਂ ਸਾਕਾ ਚਮਕੌਰ ਸਾਹਿਬ ਗੁਰੂ ਕਿਰਪਾ ਦੇ ਸਦਕਾ ਵਿਚਾਰਾਂਗੇ ਅਤੇ ਕੱਲ੍ਹ ਨੂੰ ਜਿਹੜਾ ਪ੍ਰਕਰਨ ਰਹੇਗਾ ਉਹ ਕੱਲ੍ਹ ਦੇ ਦੀਵਾਨ 'ਚ ਸੰਪੂਰਨ ਕਰਾਂਗੇ। ਜਿਤਨੇ ਕੁ ਮਾਈ ਭਾਈ ਆਪ ਗੁਰੂ ਪਿਤਾ ਜੀ ਦੇ ਚਰਨਾਂ ਵਿੱਚ ਉਪਸਥਿਤ ਹੋ ਚੁਕਾਓ ਸੀਸ, ਜੁਗਤਾ ਉਹੀ ਹੈ ਜਿਸਮੇਂ ਜਾਨ ਹੋਤੀ ਹੈ, ਆਕੜ ਤੋਂ ਮੁਰਦੇ ਕੀ ਪਹਿਚਾਣ ਹੋਤੀ ਹੈ, ਸਰ ਜਿਸ ਪੇ ਨਾ ਝੁਕ ਜਾਏ ਉਸੇ ਦਰ ਨਹੀਂ ਕਹਤੇ, ਜੋ ਦਰ ਦਰ ਪੇ ਝੁਕ ਜਾਏ ਉਸੇ ਸਰ ਨਹੀਂ ਕਹਤੇ, ਬੈਠੋ ਸੱਜ ਕੇ ਗੁਰੂ ਕੀ ਫਤਿਹ ਬੁਲਾਓ ਗੱਜ ਕੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਨੇ ਸ਼ਹੀਦੀ ਦਾ ਬੀਜ ਬੀਜਿਆ, ਸ਼ਹੀਦੀ ਦਾ ਬੀਜ। ਗੁਰਮੁਖੋ, ਜਿਹੜਾ ਸੱਚ ਆ ਨਾ ਸੱਚ, ਉਹ ਇੱਕ ਸ਼ੀਸ਼ਾ ਹੈ। ਧਿਆਨ ਦਿਓ ਥੋੜ੍ਹਾ ਜਿਹਾ, ਸੱਚ ਸ਼ੀਸ਼ੇ ਵਾਂਗ ਹੈ। ਜਿਹੜਾ ਬੰਦਾ ਸੋਹਣਾ ਬਹੁਤ ਹੋਵੇ ਨਾ ਤਾਂ ਉਹ ਵਾਰ ਵਾਰ ਸ਼ੀਸ਼ੇ ਸਾਹਮਣੇ ਜਾਣਾ ਯੋਗ ਸਮਝਦਾ, ਪਰ ਜੇ ਜਿਸ ਦਾ ਰੂਪ ਵੀ ਚੰਗਾ ਨਹੀਂ, ਰੰਗ ਵੀ ਚੰਗਾ ਨਹੀਂ, ਉਹ ਸ਼ੀਸ਼ੇ ਸਾਹਮਣੇ ਜਾਣਾ ਪਸੰਦ ਨਹੀਂ ਕਰਦਾ। ਉਹਦਾ ਯਤਨ ਹੁੰਦਾ ਆ ਕਿ ਮੈਂ ਸ਼ੀਸ਼ੇ ਨੂੰ ਤੋੜ ਦੇ, ਸ਼ੀਸ਼ਾ ਟੁੱਟੇ ਨਾ। ਉਹਦਾ ਦੂਜਾ ਯਤਨ ਹੁੰਦਾ ਇਹਦੇ 'ਤੇ ਮੈਂ ਕੱਪੜਾ ਪਾ ਦਿਆਂ, ਘੱਟੋ ਘੱਟ ਮੇਰਾ ਚਿਹਰਾ ਤਾਂ ਦੱਸੂਗਾ। ਸੱਚ ਇੱਕ ਸ਼ੀਸ਼ਾ ਹੈ। ਸੱਚ ਸੁਣਨਾ ਵੀ ਬੜਾ ਔਖਾ, ਸੱਚ ਬੋਲਣਾ ਵੀ ਬੜਾ। ਬੁੱਲਾ ਫਕੀਰ ਇਸੇ ਲਈ ਕਹਿੰਦਾ, ਉਹ ਕਹਿੰਦਾ ਸੱਚ ਕਹਾਂ ਤੇ ਭਾਂਬੜ ਮੱਚਦਾ ਏ, ਚੁੱਪ ਰਹਾਂ ਤੇ ਕੁਝ ਨਾ ਬਚਦਾ ਏ, ਮੇਰੇ ਸ਼ਾਹ ਮੈਂ ਸੱਚ ਬੋਲਾਂ ਕਿ ਨਾ ਬੋਲਾਂ। ਤੇ ਗੁਰੂ ਕੀ ਬਾਣੀ ਕਹਿੰਦੀ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਜੋ ਗੁਰ ਦੱਸੇ ਬਾਤ ਮੁਰੀਦਾਂ ਜੋਲੀਏ। ਸੱਚ ਇੱਕ ਸ਼ੀਸ਼ਾ ਹੈ, ਬਾਣੀ ਇੱਕ ਸ਼ੀਸ਼ਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਜਦੋਂ ਬਾਣੀ ਰਾਹੀਂ ਸੱਚ ਦੀ ਆਵਾਜ਼ ਬੁਲੰਦ ਕੀਤੀ ਤੇ ਸਮੇਂ ਦੇ ਜਿਹੜੇ ਪੰਡਿਤ ਲੋਕ ਸਨ ਉਹਨਾਂ ਨੇ ਵਿਰੋਧਤਾ ਕੀਤੀ ਹੈ। ਬਾਦਸ਼ਾਹ ਅਕਬਰ ਦੇ ਕੋਲ ਸ਼ਿਕਾਇਤਾਂ ਜਾਣੀਆਂ ਸ਼ੁਰੂ ਹੋਈਆਂ। ਅਕਬਰ ਕਹਿੰਦਾ, ਮੈਂ ਐਡੀ ਛੇਤੀ ਫੈਸਲਾ ਨਹੀਂ ਲੈਣਾ,
ਇਹ ਗੁਰੂ ਨਾਨਕ ਦਾ ਘਰ ਹੈ ਕਿਉਂਕਿ ਬਾਬੇ ਕਿਆਂ ਦੇ ਕੋਲੋਂ ਹੀ ਬਾਬਰ ਕਿਆਂ ਨੂੰ ਇਹ ਰਾਜ ਮਿਲਿਆ ਹੈ। ਬਾਬੇ ਕਿਆਂ ਕੋਲੋਂ ਹੀ ਬਾਬਰ ਕਿਆਂ ਨੂੰ ਰਾਜ ਮਿਲਿਆ ਹੈ। ਇੱਕ ਹੁੰਦਾ ਬਾਦਸ਼ਾਹ, ਇੱਕ ਹੁੰਦਾ ਪਾਤਸ਼ਾਹ। ਬਾਦਸ਼ਾਹ ਦਾ ਅਖਰੀ ਅਰਥ ਬਣਦਾ ਹੈ ਬਦੀ ਵਾਲਾ ਸ਼ਾਹ, ਪਾਤਸ਼ਾਹ ਦਾ ਮੀਨਕ ਅਰਥ ਬਣਦਾ ਆ ਪਤ ਇੱਜ਼ਤ ਵਾਲਾ ਸ਼ਾਹ ਮਾਲਕ। ਜਿਵੇਂ ਇੱਕ ਬੋਲ ਹੈ ਬਦੀ ਬਦੋ ਬਦੀ ਬਦੀ ਕਰਦੀ ਰਹੀ, ਬਦੀ ਬਦੋ ਬਦੀ ਬਦੀ ਕਰਦੀ ਰਹੀ, ਨੇਕੀ ਨੇਕ ਨੀਤੀ ਕਰਕੇ ਬਦੀ ਜਰਦੀ ਰਹੀ। ਬਦੀ ਨੇ ਜਦੋਂ ਵੀ ਨੇਕੀ ਨੂੰ ਜਿੱਤਣਾ ਚਾਹਿਆ ਨੇਕੀ ਜੀਦੀ। ਨੇਕੀ ਵਾਲੇ ਕੌਣ ਨੇ? ਪਾਤਸ਼ਾਹ ਗੁਰੂ ਨਾਨਕ ਸਾਹਿਬ। ਬਦੀ ਵਾਲੇ ਬਾਦਸ਼ਾਹ ਕੌਣ ਨੇ? ਬਾਬਰ ਵਰਗੇ, ਹਮਾਯੂ ਵਰਗੇ, ਜਹਾਂਗੀਰ ਵਰਗੇ, ਸ਼ਾਹਜਹਾਨ ਵਰਗੇ, ਔਰੰਗਜ਼ੇਬ ਵਰਗੇ। ਜਦੋਂ ਗੁਰਮੁਖੋ ਬਦੀ ਦੀ ਗੱਲ ਆਊਗੀ ਤੇ ਨਾਲ ਨਾਲ ਨੇਕੀ ਵਾਲਿਆਂ ਦੀ ਵੀ ਗੱਲ ਚੱਲਦੀ। ਤੀਜੇ ਬੰਦੇ ਦਾ ਤੁਹਾਨੂੰ ਇਤਿਹਾਸ ਕਿਤਿਓਂ ਵੀ ਨਹੀਂ ਮਿਲ, ਜਾਂ ਤੇ ਦੇਣ ਵਾਲਿਆਂ ਦਾ ਇਤਿਹਾਸ ਹੈ ਜਾਂ ਖੋਣ ਵਾਲਿਆਂ ਦਾ ਇਤਿਹਾਸ ਹੈ। ਦੇਣ ਵਾਲਿਆਂ ਚ ਬਾਬੇ ਕੇ ਆਉਂਦੇ ਆ, ਖੋਣ ਵਾਲਿਆਂ ਚ ਬਾਬਰ ਕੇ ਆਉਂਦੇ। ਤੀਜੇ ਦਾ ਇਤਿਹਾਸ ਹੀ ਨਹੀਂ। ਹੁਣ ਜਿਹੜੇ ਦੇਣ ਵਾਲੇ ਆ ਨਾ ਬਾਬੇ ਕੇ, ਬਾਬੇ ਕਿਆਂ ਨੇ ਜਗਤ ਜਲੰਦੇ ਦਾ ਭਲਾ ਕਰਨ ਵਾਸਤੇ ਗੁਰਬਾਣੀ ਰੂਪੀ ਸ਼ੀਸ਼ਾ, ਗੁਰਬਾਣੀ ਰੂਪੀ ਸ਼ੀਸ਼ਾ ਮਸ਼ਕਤ ਘਾਲ ਕੇ ਤਿਆਰ ਕੀਤਾ। ਪਰ ਉਂਗਲਾਂ ਖੜੀਆਂ ਹੋਣੀਆਂ ਸ਼ੁਰੂ ਹੋਈਆਂ ਤੇ ਅਕਬਰ ਕਹਿੰਦਾ ਐਡੀ ਛੇਤੀ ਮੈਂ ਫੈਸਲਾ ਨਹੀਂ ਲੈਣਾ, ਕੁਝ ਸਮਾਂ ਮੈਨੂੰ ਦਿਓ। ਜਦੋਂ ਫਿਰ ਅਕਬਰ ਬਟਾਲੇ ਆਇਆ ਨਾ, ਇੱਥੇ ਫਿਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਭਾਈ ਗੁਰਦਾਸ ਜੀ, ਬਾਬਾ ਬੁੱਢਾ ਸਾਹਿਬ, ਧਿੰਗਾ ਨਾਈ ਜੀ, ਇਸੇ ਤਰੀਕੇ ਨਾਲ ਪਾਰੋ ਜੁਲਕਾ ਜੀ, ਇਤ ਆਦਿ ਸਿੱਖਾਂ ਨੂੰ ਭੇਜਿਆ ਸਰੂਪ ਲੈ ਕੇ ਗੁਰੂ ਗ੍ਰੰਥ ਸਾਹਿਬ ਦਾ ਬਟਾਲੇ ਗਏ। ਜਦੋਂ ਉੱਥੇ ਦੀਵਾਨ ਵਿੱਚ ਤਖ਼ਤ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਗਿਆ, ਪੰਡਿਤ ਲੋਕ ਵੀ ਉੱਥੇ ਸਨ। ਜੇ ਹੁਕਮਨਾਮਾ ਪਹਿਲਾਂ ਆਇਆ ਤੇ ਕੋਈ ਬੋਲੇ ਰਾਮ ਰਾਮ ਕੋਈ ਖੁਦਾ ਹੈ, ਕੋਈ ਸੇਵੈ ਗੁਸਈਆ ਕੋਈ ਅੱਲਾ ਹੈ। ਪੰਡਿਤ ਕਹਿੰਦੇ ਨਾ, ਇਹ ਤੇ ਲੱਗਦਾ ਵੇਖ ਕੇ ਹੁਕਮਨਾਮਾ ਕੱਢਿਆ, ਥੋੜੇ ਜੇ ਅੰਗ ਇੱਧਰ ਕਰੋ। ਦੂਜਾ ਹੁਕਮਨਾਮਾ ਜਦੋਂ ਲਿਆ ਤੇ ਹੁਕਮ ਆਇਆ ਅਵਲ ਅਲ ਹੈ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਨਹੀਂ। ਇਹ ਵੀ ਲੱਗਦਾ ਵੇਖ ਕੇ ਕੱਢਿਆ। ਹੋਰ ਹੁਕਮਨਾਮਾ ਲਓ, ਇਸ ਗ੍ਰੰਥ ਦੇ ਵਿੱਚ ਇਸਲਾਮ ਦੀ ਨਿੰਦਿਆ ਹੈ। ਜਦੋਂ ਗੁਰਮੁਖੋ ਫੇਰ ਹੁਕਮਨਾਮਾ ਤੀਜੀ ਵਾਰ ਲਿਆ, ਹੁਕਮ ਆਇਆ ਖੂ ਖਾ ਦਰ ਨੂਰ ਕਰਦੰ ਆਲਮ ਦੁਨੀਆਏ, ਅਸਮਾਨ ਜੀਵੀ ਪਦਾਇਸ਼ ਖੁਦਾਏ। ਜਦੋਂ ਤੀਜੀ ਵਾਰ ਇਹ ਹੁਕਮ ਆਇਆ ਤੇ ਗੁਰਮੁਖੋ ਪੰਡਿਤ ਕਹਿੰਦੇ ਨਹੀਂ ਨਹੀਂ ਚੌਥੀ ਥਾਂ ਤੋਂ ਲਓ, ਤੇ ਅਕਬਰ ਕਹਿੰਦਾ ਉਹ ਬਹਿ ਜਾਓ।
ਇਹ ਗੁਰਬਾਣੀ ਤੇ ਗੁੜ ਦੀ ਭੇਲੀ ਆ, ਜਿਹੜੇ ਪਾਸਿਓਂ ਖਾਓ ਉਸੇ ਪਾਸਿਓਂ ਮਿੱਠੀ ਹੈ, ਉਸੇ ਪਾਸਿਓਂ ਮਿੱਠੀ ਹੈ। ਹੰਕਾਰੀਆਂ ਦਾ ਹੰਕਾਰ ਟੁੱਟਿਆ, ਇਸ ਗੁਰਬਾਣੀ ਰੂਪੀ ਸ਼ੀਸ਼ੇ ਨੂੰ ਤੋੜਨ ਲਈ ਜਾਂ ਇਹਦੇ ਤੇ ਕੱਪੜਾ ਪਾਉਣ ਵਾਸਤੇ ਹੀ ਸਾਕੇ ਵਾਪਰੇ, ਸ਼ਹੀਦੀਆਂ ਹੋਈਆਂ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਕਿਹੜਾ ਕਿਸੇ ਦਾ ਕਤਲ ਕੀਤਾ, ਮਹਾਰਾਜ ਨੇ ਕਿਹੜੀ ਚੋਰੀ ਕੀਤੀ ਆ ਕੋਈ? ਬਸ ਸੱਚ ਦੀ ਆਵਾਜ਼ ਨੂੰ ਦਬਾਉਣ ਲਈ, ਸੱਚ ਦੇ ਸ਼ੀਸ਼ੇ ਨੂੰ ਤੋੜਨ ਲਈ ਕਤਲ ਕੀਤੇ ਆ ਨਾ ਸਮੇਂ ਦੇ ਆਤਮਾ ਨੇ। ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਸ਼ਰਤਾਂ ਹੀ ਇਹ ਰੱਖੀਆਂ ਗਈਆਂ ਸਨ, ਜਾਂ ਤੇ ਤੁਸੀਂ ਇਸਲਾਮ ਕਬੂਲ ਕਰ ਲਓ, ਨਹੀਂ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮੁਹੰਮਦ ਸਾਹਿਬ ਦੀ ਤਰੀਫ ਲਿਖੋ, ਜੇ ਇਹ ਵੀ ਨਹੀਂ ਤੇ ਕੋਈ ਨਾ ਕੋਈ ਕਰਾਮਾਤ ਵਿਖਾਓ, ਜੇ ਕਰਾਮਾਤ ਵੀ ਨਹੀਂ ਵਿਖਾਉਣੀ ਤੇ ਫਿਰ ਸ਼ਹੀਦ ਕਰ ਦਿੱਤੇ ਜਾਓਗੇ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਸਿਧਾਂਤ ਨਾਲ ਸੱਚ ਨਾਲ ਸਮਝੌਤਾ ਨਹੀਂ ਕੀਤਾ। ਮਹਾਰਾਜ ਕਹਿੰਦੇ ਜੋ ਸੱਚ ਉਹ ਸੱਚ ਹੀ ਰਹਿਣਾ, ਸੱਚ ਅੱਜ ਵੀ ਸੱਚ ਆ, ਕੱਲ ਵੀ ਸੱਚ, ਆਉਣ ਵਾਲੇ ਸਮੇਂ 'ਚ ਵੀ ਸੱਚ ਹੈ, ਸਦੀਵੀ ਹੈ, ਤ੍ਰਈ ਕਾਲ ਅਬਾਦ ਸੱਚ ਹੈ, ਇਹ ਅਬਾਦ ਸੱਚ ਹੈ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਕਰਾਮਾਤ ਮੈਂ ਵਿਖਾਉਣੀ ਨਹੀਂ, ਕਰਾਮਾਤ ਨਾਮ ਕਹਿਰਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਮੁਹੰਮਦ ਸਾਹਿਬ ਦੀ ਤਰੀਫ ਨਹੀਂ ਲਿਖੀ ਜਾਏਗੀ, ਬਲਕਿ ਇਸਲਾਮ ਨੂੰ ਉਪਦੇਸ਼ ਜ਼ਰੂਰ ਹੈ। ਫਰੀਦ ਸਾਹਿਬ ਕੀ ਬੋਲਦੇ ਨਹੀਂ, ਕੀ ਗੁਰਮੁਖੋ ਭਗਤ ਜੀ ਉਪਦੇਸ਼ ਨਹੀਂ ਦਿੰਦੇ? ਫਰੀਦਾ ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕਭੀ ਚੱਲ ਨਾ ਆਇਓ ਪੰਜੇ ਵਕਤ ਮਸੀਤ। ਕੀ ਮੁਸਲਮਾਨ ਨੂੰ ਉਪਦੇਸ਼ ਨਹੀਂ? ਉੱਠ ਫਰੀਦਾ ਉੱਜੂ ਸਾਜ ਸੁਬਹ ਨਵਾਜ, ਜੋ ਸਿਰ ਸਾਈਂ ਨਾ ਨਿਵੇ ਸੋ ਸਿਰ ਕਾ ਪਹਤਾਰ, ਜੋ ਸਿਰ ਸਾਈਂ ਨਾ ਜੇ ਤਾਂ ਇਹ ਪੁੰਨੇ ਹੇਠ ਜਲਾਈਏ, ਪੁੰਨੇ ਨਾਮ ਚੁੱਲ੍ਹੇ ਲਾਇਆ, ਪੁੰਨੇ ਹੇਠ ਜਲਾਈਏ ਬਾਲਣ ਸੰਧੀ ਠਾਏ। ਕਹਿੰਦੇ ਬਾਲਣ ਦੀ ਥਾਂ ਇਹੋ ਜਿਹਾ ਸਿਰ ਚੁੱਲ੍ਹੇ ਦੇ ਵਿੱਚ ਡਾਹ ਦੇ, ਜਿਹੜਾ ਸਾਈਂ ਅੱਗੇ ਨਹੀਂ ਨਿਭਦਾ। ਮੁਸਲਮਾਨ ਨੂੰ ਉਪਦੇਸ਼ ਹੈ, ਪੰਜ ਨਵਾਜਾ ਵਕਤ ਪੰਜ ਪੰਜੇ ਪੰਜਾ ਨਾਓ, ਮੁਸਲਮਾਨ ਨੂੰ ਉਪਦੇਸ਼। ਪਰ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਤੁਹਾਡੇ ਦਬਾਅ ਹੇਠਾਂ ਆ ਕੇ ਮੁਹੰਮਦ ਸਾਹਿਬ ਦੀ ਤਾਰੀਫ ਨਹੀਂ ਗੁਰੂ ਗ੍ਰੰਥ ਸਾਹਿਬ 'ਚ ਲਿਖ ਸਕਦਾ, ਕਰਾਮਾਤ ਵੀ ਨਹੀਂ ਅਸੀਂ ਵਿਖਾਉਂਦੇ। ਜੇ ਤੁਸੀਂ ਗੱਲ ਸ਼ਹੀਦੀ ਦੀ ਕਰਦੇ ਹੋ ਨਾ, ਤਾਂ ਮੈਂ ਸਿਰ 'ਤੇ ਖੱਪੜ ਬੰਨ੍ਹ ਕੇ ਆਇਆ। ਗੁਰਮੁਖੋ, ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੂੰ ਤੱਤੀ ਤਵੀ 'ਤੇ ਵੀ ਗਰਮ ਗਰਮ ਰੇਤ ਵੀ ਸਿਰ ਵਿੱਚ ਪਿੰਡੇ 'ਤੇ ਪਾਈ ਗਈ ਹੈ, ਉਬਲਦੀ ਰੇਤ ਵਿੱਚ ਵੀ ਸਰੀਰ ਉਬਾਲਿਆ ਗਿਆ ਹੈ, ਪਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤੱਤੀ ਤਵੀ 'ਤੇ ਬੈਠੇ ਹੋਏ ਵੀ ਤੇਰਾ ਕੀਆ ਮਿੱਠਾ ਲਾਗੇ ਹਰਨਾਮ ਪਦਾਰਥ, ਨਾਨਕ ਮੰਗੇ ਨਾਮ ਮੰਗਦੇ ਰਹੇ ਜਿਹਦੇ ਸੀਸ 'ਤੇ ਸੀ ਕਦੇ ਕਲਸ ਝੁੱਲਦੇ, ਗਰਮ ਬਾਲੂ ਦੇ ਕੜਛੇ ਪਵਾਰਿਆ ਸੀ ਕਈ ਪਹਿਰ ਅੰਗਿਆਰਾਂ ਦੀ ਸੇਜ ਬਹਿ ਕੇ, ਸ਼ਾਂਤਮਈ ਦੇ ਪੂਰਨੇ ਪਾਰਿਆ ਸੀ ਖਾ ਕੇ ਦੇਗ ਦੇ ਵਿੱਚ ਉਬਾਲਿਆ ਨੂੰ,
ਮੁਖੋਂ ਸਤਨਾਮ ਵਾਹਿਗੁਰੂ ਗਾ ਰਿਹਾ ਸੀ। ਸੀਨਾ ਜਗਤ ਦਾ ਤਪ ਦਾ ਠਾਰਨੇ ਨੂੰ, ਤਨ ਆਪਣਾ ਸਾੜ ਕੇ ਵਿਖਾ ਰਿਹਾ ਸੀ। ਕਹਿਣਾ ਸੌਖਾ, ਸੁਣਨਾ ਵੀ ਬਹੁਤ ਸੌਖਾ, ਔਖੀ ਗੱਲ ਹੈ ਅਮਲ ਕਮਾਉਣ ਵਾਲੀ। ਕੋਈ ਉਹਦੇ ਆਤਮਾ ਹੀ ਸੱਚੇ ਰੱਬ ਦੀ ਸੀ, ਤੱਤੀ ਤਵੀ ਦੇ ਸੁਖਮਨੀ ਗਾਉਣ ਵਾਲੀ। ਤਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤੱਤੀ ਤਵੀ ਤੇ ਬੈਠੇ ਵੀ ਉਸ ਰਾਜਕ ਦੀ ਰਜਾ ਦੇ ਵਿੱਚ ਬਾਣੀ ਦਾ ਜਾਪ ਕਰ ਰਹੇ ਆ, ਬਾਣੀ ਗਾ ਰਹੇ ਆ। ਤੇ ਮੀਆਂ ਮੀਰ ਜੀ ਨੇ ਆ ਕੇ ਪੁੱਛਿਆ, ਸਤਿਗੁਰੂ ਕਿਰਪਾ ਕਰੋ, ਤੁਸੀਂ ਕਰਾਮਾਤ ਨੇ ਵਿਖਾਉਣੀ, ਮੈਨੂੰ ਹੁਕਮ ਕਰੋ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ, ਸਾਈਂ ਜੀ ਐਡੀ ਛੇਤੀ ਗਰਮ ਨਹੀਂ ਹੋਈਦਾ ਹੁੰਦਾ, ਜਿੱਦਣ ਤੁਸੀਂ ਨੀਂਹ ਰੱਖੀ ਸੀ ਨਾ ਹਰਿਮੰਦਰ ਸਾਹਿਬ ਦੀ, ਉੱਦਣ ਮੈਂ ਬੜਾ ਖੁਸ਼ ਸਾਂ, ਅਤੇ ਜੇ ਅੱਜ ਮੈਂ ਸ਼ਹੀਦੀ ਦੀ ਨੀਂਹ ਰੱਖਣ ਲੱਗਾ ਹਾਂ ਅਤੇ ਤੁਸੀਂ ਮੱਥੇ 'ਤੇ ਤਿਊੜੀਆਂ ਅਤੇ ਚਿਹਰੇ ਉੱਤੇ ਹਾਵ ਭਾਵ ਗੁੱਸੇ ਵਾਲੇ ਕਿਉਂ ਲੈ ਆਉਂਦੇ? ਤੁਸੀਂ ਇਹ ਦੇਖੋ, ਇਹ ਮੈਂ ਸ਼ਹੀਦੀ ਦਾ ਬੂਟਾ ਬੀਟਣ ਲੱਗਾ। ਮਹਾਰਾਜ ਬੂਟਾ ਕਹਿੰਦੇ, ਹਾਂ ਇਸ ਬੂਟੇ ਨੇ ਜਦੋਂ ਵਧਣਾ ਫੁੱਲਣਾ ਨਾ, ਅਤੇ ਇਸ ਬੂਟੇ ਦੇ ਨਾਲ ਕੁਝ ਫੁੱਲ ਲੱਗਣੇ ਆ। ਸਾਈਂ ਜੀ ਫੁੱਲ ਲੱਗਣੇ ਆ, ਦੋ ਪੂਰੇ ਜੋਬਨ ਵਿੱਚ ਆਏ ਹੋਏ ਫੁੱਲਾਂ ਨੂੰ ਕੋਈ ਚਮਕੌਰ ਦੀ ਗੜੀ 'ਚ ਤੋੜੇਗਾ, ਕੋਈ ਅੱਧ ਖਿੜੇ ਹੀ ਟਾਹਣੀਆਂ ਤੋਂ ਤੋੜ ਕੇ ਸਰਹੰਦ ਦੀਆਂ ਨੀਹਾਂ 'ਚ ਸੁੱਟੇਗਾ, ਅਤੇ ਇੱਕ ਪੂਰਾ ਜੋਬਨ 'ਤੇ ਆਇਆ ਹੋਇਆ ਫੁੱਲ ਚਾਂਦਨੀ ਚੌਂਕ ਵਿਖੇ ਟੁੱਟੇ। ਸਤਿਗੁਰੂ ਕਹਿਣ ਲੱਗੇ, ਫੁੱਲ ਟੁੱਟਣਗੇ ਅੱਧ ਖਿੜੇ ਵੀ ਅਤੇ ਖਿੜੇ ਹੋਏ ਵੀ, ਪਰ ਇਸ ਸਿੱਖੀ ਦੇ ਬੂਟੇ ਨੇ ਕਦੇ ਸੁੱਕਣਾ ਨਹੀਂ। ਮਹਾਰਾਜ ਕਦੇ ਪੱਤ ਝੜਦੀ ਰੁੱਤ ਵੇਲੇ ਕਹਿੰਦੇ ਨਹੀਂ, ਜਦੋਂ ਕਿਤੇ ਸੁੱਕਣ ਲੱਗਾ ਬੂਟਾ ਤੇ ਜਿਹੜੇ ਯੋਧੇ ਸੂਰਮੇ ਭਗਤੀ ਸ਼ਕਤੀ ਦੇ ਮਾਲਕ ਆਪਣਾ ਖੂਨ ਤੇ ਮਿੱਚ ਪਾ ਕੇ ਇਸ ਬੂਟੇ ਨੂੰ ਫਿਰ ਹਰਿਆ ਭਰਿਆ ਕਰ ਦੇਣਗੇ। ਸਤਿਗੁਰਾਂ ਨੇ ਵਚਨ ਕਹੇ, ਥੋੜਿਆਂ ਦਿਨਾਂ ਦੇ ਵਿੱਚ ਹੀ ਫੁੱਲ ਖਿਸਦੇ, ਜਿਹੜਾ ਬੀਜ ਸ਼ਹੀਦੀ ਦਾ ਬੀਜਣ ਲੱਗੇ ਆ, ਥੋੜਿਆਂ ਦਿਨਾਂ ਦੇ ਵਿੱਚ ਹੀ ਫੁੱਲ ਇਸਦੇ ਖਿਲਰ ਜਾਣਗੇ। ਇਉਂ ਸੰਸਾਰ ਅੰਦਰ ਕੋਈ ਚਾਂਦਨੀ ਚੌਂਕ ਨੂੰ ਭਾਤ ਲਾਸੀ ਚੜ੍ਹ ਕੇ ਦੇਸ਼ ਦੇ ਦਰਦ ਪਿਆਰ ਅੰਦਰ ਮੈਂ ਉੱਠੂ ਚਮਕੌਰ ਦੀ ਜੂ ਸਾਰੀ, ਟੁੱਟੇ ਫੁੱਲ ਜਦ ਰੁੱਤ ਬਹਾਰ ਅੰਦਰ, ਅੱਧ ਖਿੜੇ ਹੀ ਤੋੜ ਕੇ ਟਾਹਣੀਆਂ ਤੋਂ, ਚਿਣ ਦੇਵੇਗਾ ਕੋਈ ਦੁਆਰ ਅੰਦਰ, ਬਣੀ ਰਹੇਗੀ ਸਦਾ ਬਹਾਰ ਇਸ ਤੇ, ਲਾਗੇ ਫਿਜਾ ਦੇ ਇਸ ਦੇ ਝੁਕਣਾ ਨਹੀਂ, ਲੱਗੀ ਔੜ ਤੇ ਇਹਨੇ ਸੁੱਕਣਾ ਨਹੀਂ, ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ ਨਹੀਂ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਸ਼ਹਾਦਤ ਹੋਈ, ਸਿਧਾਂਤ ਨਾਲ ਸਮਝੌਤਾ ਨਹੀਂ ਕੀਤਾ। ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੀਆਂ ਸ੍ਰੀ ਸਾਹਿਬਾਂ ਦੋ ਧਾਰਨ ਕਰਕੇ ਜ਼ੁਲਮ ਰਾਜ ਨੂੰ ਠੱਲ ਪਾਈ। ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਨੇ ਭਾਵੇਂ ਜੰਗ ਨਹੀਂ ਕੀਤਾ, ਪਰ ਸੂਰਮ ਗਤੀ ਨੂੰ ਕਾਇਮ ਰੱਖਿਆ। 2200 ਘੋੜ ਅਸਵਾਰ ਹਰ ਵੇਲੇ ਗੁਰੂ ਹਰ ਰਾਏ ਸਾਹਿਬ ਦੇ ਨਾਲ ਤਿਆਰ ਬਰ ਤਿਆਰ ਰਹਿੰਦਾ ਸੀ। ਗੁਰਮੁਖੋ ਸਮਾਂ ਆਇਆ ਗੁਰੂ ਹਰਕ੍ਰਿਸ਼ਨ ਸਾਹਿਬ ਦਾ, ਉਮਰ ਭਾਵੇਂ ਛੋਟੀ ਆ ਪਰ ਪਿਤਾ ਗੁਰੂ ਦਾ ਵਚਨ ਮੰਨਦਿਆਂ ਹੋਇਆਂ ਔਰੰਗਜ਼ੇਬ ਦੇ ਮੱਥੇ ਨਾ ਲੱਗੇ ਅਤੇ ਨਾ ਉਹਨੂੰ ਆਪਣੇ ਹੀ ਲਾਇਆ। ਵਚਨ ਕੀਤਾ ਸੀ, ਨੈ ਮਲੇਸ਼ ਕੋ ਦਰਸ਼ਨ ਦੈ ਹੈ, ਤਿਸਕੋ ਦਰਸ਼ਨ ਆਪਨ ਪੈ ਹੈ। ਸਮਾਂ ਆਇਆ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ, ਜਦੋਂ ਚਾਂਦਨੀ ਚੌਂਕ ਦਿੱਲੀ ਵਿਖੇ
ਸ਼ਹਾਦਤ ਦਾ ਜਾਮ ਪ੍ਰਾਪਤ ਕਰਨ ਗਏ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇ ਸਤਿਗੁਰਾਂ ਨੇ ਬਚਨ ਕਹੇ ਸਨ, ਮੇਰੀ ਸਰਫਰੋਸੀ ਦਾ ਨਤੀਜਾ ਕੀ ਨਹੀਂ ਹੋਣਾ, ਵਪਾਰੀ ਮੌਤ ਦਾ ਹੋ ਕੇ ਵੀ ਤੈਥੋਂ ਜੀ ਨਹੀਂ ਹੋਣਾ, ਔਰੰਗਜ਼ੇਬ ਨੂੰ ਮੁਖਾਤਬ ਹੋ ਕੇ, ਮੇਰੀ ਸਰਫਰੋਸੀ ਦਾ ਨਤੀਜਾ ਕੀ ਨਹੀਂ ਹੋਣਾ, ਵਪਾਰੀ ਮੌਤ ਦਾ ਹੋ ਕੇ ਵੀ ਤੈਥੋਂ ਜੀ ਨਹੀਂ ਹੋਣਾ, ਤੂੰ ਇਤਨਾ ਖੂਨ ਪੀ ਕੇ ਵੀ ਪਿਆਸਾ ਜਾਪਦਾ ਹੈ ਮੈਨੂੰ, ਓਏ ਮੈਂ ਇੰਨਾ ਖੂਨ ਦਿਆਂਗਾ ਤੈਥੋਂ ਪੀ ਨਹੀਂ ਹੋਣਾ, ਤੈਥੋਂ ਪੀ ਨਹੀਂ ਹੋਣਾ। ਗੁਰੂ ਕੀਤੇ ਤੇ ਗੁਰਮੁਖੋ ਸੀਸ ਤੇ ਦਿੱਤਾ ਪਰ ਸੀ ਨਾ ਉਚਰੀ, ਮੁਖ ਤੋਂ ਸੀ ਤੱਕ ਨਾ ਨਿਕਲੀ। ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਦੋਂ ਭਾਈ ਜੈਤੇ ਨੂੰ ਵੇਖਿਆ, ਭਾਈ ਜੈਤਾ ਸੀਸ ਲੈ ਕੇ ਪੰਜ ਪੜਾਅ ਕਰਕੇ ਕੀਰਤਪੁਰ ਪਹੁੰਚਿਆ ਤੇ ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਕਿਹਾ ਸੀ, ਜੈਤਿਆ ਮੇਰੇ ਬਾਪੂ ਦਾ ਤੂੰ ਸੀਸ ਲੈ ਕੇ ਇੱਥੇ ਪਹੁੰਚਿਆ, ਦਿੱਲੀ 'ਚ ਕੋਈ ਸਿੱਖਾਂ ਦਾ ਘਰ ਨਹੀਂ ਸੀ। ਕਿਹਾ ਮਹਾਰਾਜ ਇਸ ਵੇਲੇ 1400 ਘਰ ਦਿੱਲੀ ਦੇ ਵਿੱਚ ਸਿੱਖਾਂ ਦਾ ਹੈ। ਮੈਂ ਗੱਲ ਕਰ ਰਿਹਾ 1675 ਈਸਵੀ ਤੇ 11 ਨਵੰਬਰ ਦੁਪਹਿਰ ਦਾ ਸਮਾਂ 12:24 ਦਾ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਧੜ ਨਾਲੋਂ ਵੱਖ ਹੋ ਗਿਆ ਸੀ ਤੇ ਪੰਜ ਪੜਾਅ ਕਰਕੇ ਭਾਈ ਜੈਤਾ ਕੀਰਤਪੁਰ ਪਹੁੰਚਿਆ ਸੀ। ਤੇ ਹੁਣ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ, ਜੈਤੇ ਆ ਕੋਈ ਸਿੱਖ ਨਹੀਂ ਸੀ ਮਹਾਰਾਜ 1400 ਘਰ, ਜੇ 1400 ਘਰ ਵਿੱਚ ਪੰਜ ਜੀ ਵੀ ਹੋਣ ਤੇ ਗੁਰਮੁਖੋਂ ਕਿੱਥੇ ਬਾਤ ਪਹੁੰਚਦੀ ਹੈ। ਧੰਨ ਗੁਰੂ ਕਲਗੀਆਂ ਵਾਲੇ ਕਹਿਣ ਲੱਗੇ, ਜੈਤਿਆ ਕਿਸੇ ਨੇ ਹਾ ਦਾ ਨਾਰਾ ਨਾ ਮਾਰਿਆ, ਮਹਾਰਾਜ ਸਿੱਖ ਤੇ ਸੀ ਪਰ ਸਿੱਖ ਦੀ ਪਹਿਚਾਣ ਨਹੀਂ ਸੀ। ਸਤਿਗੁਰਾਂ ਨੇ ਉਸੇ ਵੇਲੇ ਮਿਆਨ ਚੋਂ ਸ੍ਰੀ ਸਾਹਿਬ ਕੱਢ ਕੇ ਸਵਈਆ ਪੜਿਆ, ਖਲ ਖੰਡ ਬੇਹੰਡੰਗ ਖਲ ਦਲ ਖੰਡੰਗ ਅਤਰਣ ਮੰਡੰਗ ਵਰ ਭੰਡੰਗ ਪੁਜ ਦੰਡ ਅਖੰਡੰ ਤੇਗ ਪ੍ਰਚੰਡੰਗ ਜੋਤ ਅਮੰਡੰਗ ਭਾਨ ਪ੍ਰਭ ਸੁਖ ਸੰਤਾਂ ਕਰਨੰਗ ਦੁਰਮਤ ਦਰਨੰਗ ਕਿਲ ਵਿਖਰਨੰ ਅਸਰਨੰਗ ਜੈ 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 ਕਾਰਨ ਸ੍ਰਿਸ਼ਟ ਉਬਾਰਨ ਮਮ ਪ੍ਰਤਪਾਰਨ ਜੈ ਦੇਨੰ। ਸਤਿਗੁਰਾਂ ਨੇ ਤੇਗ ਲਿਸ਼ਕਾਈ ਮਹਾਰਾਜ ਕਹਿੰਦੇ, ਮੈਂ ਐਸਾ ਨਿਖਾਰ ਲਿਆਉਂ ਐਸਾ ਬੰਦ ਸਜਾਉਂ ਜਿਹੜਾ ਲੱਖਾਂ 'ਚ ਵੱਖਰਾ ਪਹਿਚਾਣਿਆ ਜਾਇਆ ਕਰੇਗਾ। ਸੋ ਗੁਰਮੁਖੋ, ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਨੇ ਪੰਥ ਸਾਜਿਆ, ਜਿਹੜਾ ਪੰਥ ਸਾਜਿਆ ਪੰਜ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਆ, ਉਹਨਾਂ ਪੰਜਾਂ ਪਿਆਰਿਆਂ ਵਿੱਚੋਂ 3 ਪਿਆਰੇ ਚਮਕੌਰ ਦੀ ਗੜੀ 'ਚ ਸ਼ਹੀਦ ਹੋਏ ਮਨਾ ਰਹੇ ਆ, ਤੇ ਜਿਸ ਭਾਈ ਹਿੰਮਤ ਸਿੰਘ ਨੇ ਸ਼ਹੀਦੀ ਦਿੱਤੀ ਆ, ਭਾਈ ਹਿੰਮਤ ਸਿੰਘ ਜੀ, ਭਾਈ ਹਿੰਮਤ ਸਿੰਘ ਮੋਤੀ ਰਾਮ ਮਹਿਰਾ ਜਿਸ ਨੇ ਦੁੱਧ ਪਿਆਇਆ ਗੁਰੂ ਕੇ ਲਾਲਾ ਨੂੰ, ਉਹਨਾਂ ਦੇ ਚਾਚਾ ਜੀ ਲੱਗਦੇ ਆ। ਆ ਤੁਸੀਂ ਜਦੋਂ ਜਾਓਗੇ ਨਾ ਬਾਹਰ ਨੂੰ, ਇੱਕ ਫੋਟੋ ਲੱਗੀ ਹੋਈ ਹੈ ਬਾਹਰ ਮੋਤੀ ਰਾਮ ਮਹਿਰੇ ਦੀ, ਥੋੜ੍ਹਾ ਦੇਖ ਕੇ ਜਾਇਆ। ਅਤੇ ਜਿਹੜੇ ਜਲਾਦ ਨੇ ਨਾ, ਮੈਂ ਥੋੜ੍ਹਾ ਜਿਹਾ ਸ਼ੇਰ ਵਿੱਚੋਂ ਲੰਘਿਆ ਹਾਂ, ਜਿਹੜੇ ਜਲਾਦ ਨੇ ਕੱਲ੍ਹ ਹੀ ਭਾਈ ਅਮਰਿੰਦਰ ਸਿੰਘ ਹੋਣੀ ਖਲੋਤੇ ਸੀ ਅਤੇ ਇਹਨਾਂ ਨਾਲ ਮੈਂ ਗੱਲ ਕਰ ਰਿਹਾ ਸੀ ਕਿ ਜਿਹੜਾ ਜਲਾਦ ਆ ਨਾ, ਉਹ ਨਿੱਕੇ ਜਿਹੇ ਬੱਚੇ ਨੂੰ ਕੋਲੂ ਦੇ ਵਿੱਚੋਂ ਦੀ ਕੱਢ ਰਹੇ ਆ, ਉਸ ਬੱਚੇ ਦਾ ਨਾਂ ਨਰੈਣਾ ਹੈ, ਨਰੈਣਾ। ਮੋਤੀ ਰਾਮ ਮਹਿਰਾ ਜਿਹੜਾ ਆ, ਗੁਰਮੁਖੋ ਉਸ ਦੀ ਮਾਂ ਦਾ ਨਾਂ ਲੱਦੋ ਹੈ, ਤੇ ਮੋਤੀ ਰਾਮ ਮਹਿਰੇ ਦੀ ਪਤਨੀ ਦਾ ਨਾਮ ਬੀਬੀ ਭੋਲੀ ਹੈ, ਮੋਤੀ ਰਾਮ ਮਹਿਰੇ ਦੇ ਪਿਤਾ ਦਾ ਨਾਮ
ਗੁਰਮੁਖੋ ਭਾਈ ਹਰਾ ਹੈ ਜਿਨ੍ਹਾਂ ਨੇ ਅਨੰਦਪੁਰ ਦੇ ਘੇਰੇ ਵਿੱਚ ਅੰਮ੍ਰਿਤ ਦੀ ਦਾਤ ਵੀ ਲਈ ਤੇ ਅਨੰਦਪੁਰ ਦੇ ਘੇਰੇ 'ਚ ਭਾਈ ਹਰਾ ਸਿੰਘ ਬਣ ਕੇ ਸ਼ਹੀਦੀ ਵੀ ਪਾਈ ਸੀ ਤੇ ਮੋਤੀ ਰਾਮ ਮਹਿਰੇ ਦਾ ਸਾਰਾ ਪਰਿਵਾਰ ਬਾਹਰ ਤੁਸੀਂ ਫੋਟੋ ਦੇਖਿਓ ਤਿੰਨ ਜਾਣੇ ਖਲੋਤੇ ਇੱਕ ਤੇ ਮੋਤੀ ਰਾਮ ਮਹਿਰਾ ਜਿਹਦੀਆਂ ਬਾਹਾਂ ਪਿੱਛੇ ਨੂੰ ਵੱਧੀਆਂ ਹੋਈਆਂ ਉਹਨਾਂ ਦੇ ਨਰੈਣੇ ਪੁੱਤ ਨੂੰ ਕੋਹਲੂ ਦੇ ਵਿੱਚੋਂ ਦੀ ਕੱਢਿਆ ਜਾ ਰਿਹਾ ਤੇ ਇੱਕ ਪਾਸੇ ਮੋਤੀ ਰਾਮ ਮਹਿਰੇ ਦੀ ਮਾਂ ਖਲੋਤੀ ਆ ਇੱਕ ਪਾਸੇ ਪਤਨੀ ਖਲੋਤੀ ਆ ਇੱਕ ਪਾਸੇ ਨੱਦੋ ਖਲੋਤੀ ਆ ਗੁਰਮੁਖੋ ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਖਾਲਸੇ 'ਚ ਨਿਖਾਰ ਲਿਆਂਦਾ ਪੰਜ ਪਿਆਰੇ ਸਾਜੇ ਉਹਨਾਂ ਪੰਜਾਂ 'ਚੋਂ ਤਿੰਨ ਚਮਕੌਰ ਦੀ ਗੜੀ 'ਚ ਸ਼ਹੀਦ ਹੁੰਦੇ ਆ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜਿਸ ਵੇਲੇ ਗੁਰਮੁਖੋ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਦਰਬਾਰ ਸ੍ਰੀ ਪਾਉਂਟਾ ਸਾਹਿਬ ਅਸਥਾਨ ਇੱਥੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਕੋਈ 1685 ਈਸਵੀ ਨੂੰ ਆਉਂਦੇ ਆ 1685 ਦੇ ਵਿੱਚ ਸੰਮਤ ਬਿਕਰਮੀ ਲੈ ਲਓ 1723 ਬਣਦੀ ਆ ਮਹਾਰਾਜ 4.5 ਸਾਲ ਪਾਉਂਟਾ ਸਾਹਿਬ ਰਹੇ ਆ ਸਤਿਗੁਰਾਂ ਨੇ ਜੋ ਪਹਿਲਾ ਜੰਗ ਧਰਮ ਦਾ ਯੁੱਧ ਭੰਗਾਣੀ ਸਾਹਿਬ ਦਾ ਜੰਗ ਲੜਿਆ ਪਾਉਂਟਾ ਸਾਹਿਬ ਤੋਂ 18 ਕਿਲੋਮੀਟਰ ਦੂਰ ਇਹ ਅਸਥਾਨ ਪੈਂਦਾ ਹੈ ਜਦੋਂ 22 ਧਾਰ ਦੇ ਰਾਜਿਆਂ ਨਾਲ ਸਤਿਗੁਰਾਂ ਦਾ ਪਹਿਲਾ ਇਹ ਜੰਗ ਹੋਇਆ ਜੰਗ ਜਿੱਤ ਕੇ ਮਹਾਰਾਜ ਫਤਿਹ ਕਰਕੇ ਵਾਪਸ ਆ ਰਹੇ ਆ ਨਾਲੇ ਗਾਉਂਦੇ ਆਉਂਦੇ ਆ ਬਚਿੱਤਰ ਨਾਟਕ ਦੇ ਬੋਲ ਹਨ ਭਈ ਜੀਤ ਮੇਰੀ ਕਿਰਪਾ ਕਾਲ ਕੇਰੀ ਰਣੰ ਜੀਤ ਆਏ ਜਯੰ ਗੀਤ ਗਾਏ ਹਰੀ ਚੰਦ ਮਾਰੇ ਸੋ ਜੋਧਾ ਲਗਾਰੇ ਜਦੋਂ ਮਹਾਰਾਜ ਪਾਉਂਟਾ ਸਾਹਿਬ ਪ੍ਰਵੇਸ਼ ਹੁੰਦੇ ਆ ਸਤਿਗੁਰਾਂ ਨੂੰ ਖਬਰ ਮਿਲਦੀ ਆ ਕਿ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਸਦਕਾ ਆਪ ਜੀਆਂ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਦਾ ਆਗਮਨ ਹੋਇਆ ਗੁਸਤਾਖੀ ਦੀ ਮਾਫ਼ੀ ਅਸੀਂ ਅੱਜ ਆਪਣੀ ਔਲਾਦ ਪ੍ਰਤੀ ਵੀ ਇਹ ਸ਼ਬਦ ਵਰਤ ਦਿੰਦੇ ਹਾਂ ਆਹ ਸਾਡਾ ਸਾਹਿਬਜ਼ਾਦਾ ਆ ਜੀ ਆਹ ਸਾਡੀ ਸਾਹਿਬਜ਼ਾਦੀ ਆ ਜੀ ਨਹੀਂ ਸਾਹਿਬ ਤੇ ਜਾਏ ਸਾਹਿਬਜ਼ਾਦੇ ਆ ਸਾਹਿਬ ਦੀਆਂ ਜਾਈਆਂ ਸਾਹਿਬਜ਼ਾਦੀਆਂ ਸਾਨੂੰ ਕਿਸੇ ਨੂੰ ਹੱਕ ਨਹੀਂ ਹੈ ਕਿ ਅਸੀਂ ਆਪਣੀ ਔਲਾਦ ਨੂੰ ਗੁਰਮੁਖੋ ਸਾਹਿਬਜ਼ਾਦੇ ਜਾਂ ਸਾਹਿਬਜ਼ਾਦੀਆਂ ਕਹੀਏ ਰੋਂ ਵਿੱਚ ਕਲਗੀਧਰ ਪਾਤਸ਼ਾਹ ਜੀ ਨੂੰ ਕਿਹਾ ਮਹਾਰਾਜ ਆਪ ਜੀਆਂ ਦੇ ਘਰ ਸਾਹਿਬਜ਼ਾਦੇ ਦਾ ਆਗਮਨ ਹੋਇਆ ਹੱਸ ਕੇ ਮਹਾਰਾਜ ਕਹਿਣ ਲੱਗੇ ਮੈਂ ਪਹਿਲੀ ਜੰਗ ਜਿੱਤੀ ਆ ਸਤਿਗੁਰੂ ਕਹਿੰਦੇ ਮੇਰੇ ਪੁੱਤ ਦਾ ਨਾਂ ਅਜੀਤ ਸਿੰਘ ਰੱਖਿਆ ਜਾਏ ਨਾਮ ਕਾ ਅਜੀਤ ਨੂੰ ਜੀਤਾ ਨਾ ਜਾਊਗਾ ਨਾਮ ਅਜੀਤ ਸਿੰਘ ਰੱਖਿਆ ਗੁਰਮੁਖੋ ਅੱਜ ਕੱਲ੍ਹ ਤੇ ਵੇਖੀਏ ਰੌਂਕੀ ਟਿੰਕੂ ਪਿੰਕੂ ਸ਼ੌਂਕੀ ਨਾ ਹੀ ਇਹੋ ਜਿਹੇ ਆ ਪਤਾ ਨਹੀਂ ਕਿ ਕੁੱਕਰ ਨੂੰ ਬੁਲਾਉਂਦੇ ਆ ਕਿ ਬੰਦੇ ਨੂੰ ਆਵਾਜ਼ ਪੈ ਰਹੀ ਹੈ ਨਾਮ ਹੀ ਸਾਡੇ ਇਹੋ ਜਿਹੇ ਬਣ ਗਏ ਪਹਿਲਾਂ ਕਿੰਨੇ ਸੋਹਣੇ ਨਾਂ ਹੁੰਦੇ ਸੀ ਹਰਚੰਦ ਸਿੰਘ ਮਲੂਕਾ ਸਿੰਘ ਚੜ੍ਹਤ ਸਿੰਘ ਨੱਥਾ ਸਿੰਘ ਕੱਥਾ ਸਿੰਘ ਕਿੰਨੇ ਪਿਆਰੇ ਪਿਆਰੇ ਨਾਮ ਪ੍ਰਭਾਵ ਵੀ ਪਾਉਂਦੇ ਆ ਤੇ ਅੱਜ ਗੁਰਮੁਖੋ ਜਿਹੜੇ ਅਸੀਂ ਨਾਂ ਘਰਾਂ 'ਚ ਰੌਕੀ ਸ਼ੌਕੀ ਰੱਖੀ ਜਾਂਦੇ ਜਦੋਂ ਬੁਢੇਪੇ 'ਚ ਸਰੀਰ ਢਲੂਗਾ ਇਹ ਨਾਂ ਕਿੰਨੇ ਕੁ ਚੰਗੇ ਲੱਗਣਗੇ ਨਾਂ ਇਹੋ ਜਿਹੇ ਆਪਣੀ ਔਲਾਦ ਦੇ ਰੱਖੋ ਜਿਹੜੇ ਗੁਰਮੁਖੋ ਹਰ ਉਮਰ ਦੇ ਵਿੱਚ ਹੀ ਸ਼ੋਭਾ ਤੇ ਸਹਿਤ ਰਹਿਣ ਮਹਾਰਾਜ ਨੇ
ਪੁੱਤ ਆਪਣੇ ਦਾ ਨਾਂ ਅਜੀਤ ਸਿੰਘ ਰੱਖਿਆ। ਪਹਿਲਾਂ ਮੈਂ ਜ਼ਿਕਰ ਕਰ ਜਾ, ਅਜੀਤ ਆ ਪਲੱਸ ਜੀਤ, ਜਿਹੜਾ ਜੀਤ ਆ ਜਿਹੜਾ ਜਿੱਤਿਆ ਨਾ ਜਾ ਸਕੇ। ਤੇ ਜੇ ਗੁਰਮੁਖੋ ਅਰਥ ਕਰੀਏ ਜੁਝਾਰ, ਜੁਝਾਰ ਦਾ ਅਰਥ ਹੁੰਦਾ ਜੂਝਣ ਵਾਲਾ, ਜੂਝਣ ਵਾਲਾ ਸੂਰਮਾ। ਤੇ ਜੂਝੂਗਾ ਉਹ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਜਿਹੜਾ ਬਲ ਵਾਲਾ। ਮਾੜੇ ਬੰਦੇ ਨੇ ਕੀ ਜੂਝ ਲੈਣਾ ਜੀ, ਮਾੜੇ ਨੇ ਕੀ ਜੂਝ ਲੈਣਾ। ਜ਼ੋਰਾਵਰ ਜਿਹੜਾ ਪਾਵਰ ਵਾਲਾ, ਤਾਕਤ ਵਾਲਾ ਹੈ। ਤੇ ਜਿਹੜਾ ਤਾਕਤ ਵਾਲਾ ਜੁਝਾਰ ਜੂਝੂਗਾ ਬਾਬਾ ਫਤਿਹ ਸਿੰਘ ਜੀ, ਜਿੱਤ ਵੀ ਉਸੇ ਦੀ ਹੋਣੀ ਹੈ, ਫਤਿਹ ਵੀ ਉਸੇ ਦੀ ਹੋਣੀ। ਚਾਰ ਸਾਹਿਬਜ਼ਾਦਿਆਂ ਦੇ ਨਾਮ ਦਾ ਵੀ ਕੋਈ ਅਰਥ ਬਣਦਾ ਹੈ। ਪੰਜ ਪਿਆਰਿਆਂ ਦਾ ਜ਼ਿਕਰ ਕਰੀਏ, ਪੰਜ ਪਿਆਰਿਆਂ ਦੇ ਨਾਮ ਦਾ ਵੀ ਅਰਥ ਆ। ਗੁਰਮੁਖੋ ਸਭ ਤੋਂ ਪਹਿਲਾਂ ਸਾਡੇ ਅੰਦਰ ਦਇਆ ਹੋਣੀ ਚਾਹੀਦੀ ਆ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ। ਜਿਹਦੇ ਅੰਦਰ ਦਇਆ ਆ ਉਹੀ ਬੰਦਾ ਧਰਮੀ ਹੋ ਸਕਦਾ, ਜਿਹਦੇ ਅੰਦਰ ਦਇਆ ਹੀ ਨਹੀਂ ਉਹ ਧਰਮੀ ਕਿੱਥੋਂ ਬਣੂਗਾ। ਧੌਲ ਧਰਮ ਦਇਆ ਦਾ ਗੁਣ। ਤੇ ਜਿਹੜਾ ਗੁਰਮੁਖੋ ਧਰਮੀ ਆ, ਭਾਈ ਹਿੰਮਤ ਸਿੰਘ, ਉਹ ਹਿੰਮਤ ਰੱਖੂਗਾ, ਉਹ ਅੰਮ੍ਰਿਤ ਵੇਲਾ ਸੰਭਾਲੂਗਾ, ਉਹ ਉੱਦਮੀ ਹੋਊਗਾ, ਉਹ ਆਲਸੀ ਨਹੀਂ ਹੁੰਦਾ। ਤੇ ਜਿਹੜਾ ਗੁਰਮੁਖੋ ਹਿੰਮਤੀ ਆ, ਮੋਹ ਕੰਮ ਉਹਦੇ ਅੰਦਰੋਂ, ਮੋਹ ਜਿਹੜਾ ਉਹ ਕੰਮ ਘੱਟ ਜਾਂਦਾ ਆ, ਮੋਹ ਕੰਮ ਉਹ ਸਥਿਰਤਾ ਟਿਕਾਅ ਉਹਦਾ ਬਣਦਾ ਹੈ। ਜਿਹਦਾ ਟਿਕਾਅ ਬਣੇ, ਜਿਹਦੀ ਜ਼ਿੰਦਗੀ 'ਚ ਸਕੂਨ ਆਵੇ, ਭਾਈ ਸਾਹਿਬ ਸਿੰਘ, ਉਹਨੂੰ ਸਾਹਿਬ ਦੀ ਪ੍ਰਾਪਤੀ ਹੁੰਦੀ ਹੈ। ਅਤੇ ਸਾਹਿਬ ਉਹ ਮਿਲਦਾ ਆ, ਸਾਹਿਬ ਮੇਰਾ ਨੀਤ ਨਵਾਂ, ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਇ ਰਹੋ ਵਿਚਾਰ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜੀਆਂ ਦੇ ਗ੍ਰਹਿ ਵਿਖੇ ਮਾਤਾ ਸੁੰਦਰ ਕੌਰ ਜੀ ਦੀ ਕੁੱਖ ਤੋਂ ਗੁਰਮੁਖੋ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਪ੍ਰਕਾਸ਼ ਹੁੰਦਾ ਹੈ। 4.5 ਸਾਲ ਪੌਂਟਾ ਸਾਹਿਬ ਰਹਿ ਕੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਫਿਰ ਅਨੰਦਪੁਰ ਸਾਹਿਬ ਆਉਂਦੇ ਆ। ਅਨੰਦਪੁਰ ਸਾਹਿਬ ਦੀ ਧਰਤੀ 'ਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦਾ ਆਗਮਨ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਮਾਤਾ ਅਜੀਤ ਕੌਰ ਜੀ ਦੀ ਕੁੱਖ ਤੋਂ ਹੁੰਦਾ ਹੈ। ਅਜੀਤ ਕੌਰ, ਜਿਨ੍ਹਾਂ ਨੂੰ ਛੋਟੇ ਨਾਮ ਨਾਲ ਆਪਾਂ ਮਾਤਾ ਜੀਤੋ ਕਹਿ ਦਿੰਦੇ, ਜੀਤੋ। ਹੁਣ ਗੁਰਮੁਖੋ 22 ਧਾਰ ਦੇ ਜਿਹੜੇ ਰਾਜੇ ਆ ਨਾਲ ਈਰਖਾ ਕਰਨ ਲੱਗੇ, ਗੁਰੂ ਘਰ ਨਾਲ ਮੱਥਾ ਲਾਉਣ ਲੱਗੇ। ਇੱਥੇ ਮੱਥਾ ਟੇਕਣਾ ਚਾਹੀਦਾ, ਇਸ ਘਰ ਨਾਲ ਮੱਥਾ ਲਾਉਣਾ ਨਹੀਂ ਚਾਹੀਦਾ। ਪਰ 22 ਧਾਰ ਦੇ ਰਾਜਿਆਂ ਨੇ ਗੁਰੂ ਘਰ ਨਾਲ ਬਿਨਾਂ ਕਾਰਨ ਤੋਂ ਮੱਥਾ ਲਾਉਣਾ ਸ਼ੁਰੂ ਕਰ ਦਿੱਤਾ, ਬਿਨਾਂ ਕਾਰਨ ਤੋਂ, ਈਰਖਾ ਵਸ ਹੋ ਕਰਕੇ। ਹਾਲਾਂਕਿ ਭੀਮ ਚੰਦ ਨੂੰ ਇਹ ਵੀ ਪਤਾ ਕਿ ਜਿਹੜਾ ਮੇਰਾ ਦਾਦਾ ਤਾਰਾ ਚੰਦ ਸੀ, ਉਸ ਦਾਦੇ ਮੇਰੇ ਨੂੰ ਗਵਾਲੀਅਰ ਦੇ ਕਿਲ੍ਹੇ 'ਚੋਂ ਛਡਾਉਣ ਵਾਲੇ ਇਸ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਹਨ। ਪਰ ਉਹ ਕਿਰਤ ਕਣ ਹੋ ਗਿਆ। ਅਕਿਰਤ ਕਣ ਪਤਾ ਕਿਹਨੂੰ ਕਹਿੰਦੇ? ਕਿਰਤ ਕਣ ਦੀ ਡੈਫੀਨੇਸ਼ਨ, ਪਰਿਭਾਸ਼ਾ ਕੀ ਹੈ? ਜਿਹੜਾ ਕਿਸੇ ਦੀ ਕੀਤੀ ਦੀ ਕਦਰ ਨਾ ਕਰੇ, ਮੁੱਲ ਨਾ ਪਾਏ। ਸਾਡੇ ਬਜ਼ੁਰਗ ਪੁਰਾਣੇ ਕਹਿੰਦੇ ਹੁੰਦੇ ਸੀ, ਲੂਣ ਖਾ ਕੇ ਕਿਸੇ ਦਾ ਹਰਾਮ ਨਾ ਕਰੋ। ਪਰ ਮੈਂ ਕਈ ਵਾਰ ਸੁਭਾਵਕ ਕਹਿੰਦਾ ਹੁੰਦਾ ਕਿ ਪਕੌੜੇ ਖਾ ਕੇ ਹਰਾਮ ਨਹੀਂ ਕਰਨੇ, ਕਿ ਮਿੱਠਾ ਖਾ ਕੇ ਹਰਾਮ ਕਰ ਦੇਣਾ ਚਾਹੀਦਾ। ਇੱਕ ਵਿਚਾਰ ਹੀ ਆ ਨਾ, ਪਕੌੜੇ ਖਾ ਕੇ ਹਰਾਮ ਨਹੀਂ ਕਰਨੇ, ਬਰਫੀ ਖਾ ਕੇ ਹਰਾਮ ਕਰ ਦੇਣੀ ਚਾਹੀਦੀ, ਉਹਦੇ 400-500 ਰੁਪਈਏ ਕਿਲੋ ਆਉਂਦੀ ਨਹੀਂ।
ਬਜ਼ੁਰਗਾਂ ਦੇ ਕਹਿਣ ਦਾ ਭਾਵ ਅਰਥ ਇੰਨਾ ਕੁ ਸੀ ਕਿ ਜਿਵੇਂ ਲੂਣ ਬੜਾ ਸਸਤਾ ਨਾ, ਇਵੇਂ ਤੁਹਾਡੇ ਤੇ ਥੋੜੇ ਤੋਂ ਥੋੜਾ ਵੀ ਕੋਈ ਪਰੋਪਕਾਰ ਕਰੇ ਤੇ ਕੱਲ ਨੂੰ ਤੁਸੀਂ ਵੀ ਉਹਦੇ ਕੰਮ ਆਓ, ਤੁਸੀਂ ਵੀ ਕੰਮ ਆਓ, ਕਿਰਤ ਘਣਤਾ ਨਾ ਕਰੋ। ਜਿਹੜਾ ਬੰਦਾ ਕਿਰਤ ਘਣ ਹੋ ਜਾਏ ਨਾ ਗੁਰਮੁਖ, ਉਹਦਾ ਤੇ ਧਰਤੀ ਵੀ ਭਾਰ ਨਹੀਂ ਚੱਲਦੀ, ਤੇ ਭੀਮ ਚੰਦ ਕਿਰਤ ਘਣ ਬਣ ਗਿਆ, ਗੁਰੂ ਦੀ ਕੀਤੀ ਨੂੰ ਇਹਨੇ ਭੁਲਾ ਦਿੱਤਾ। ਇਸੇ ਨੇ ਹੀ ਬਾਈ ਧਾਰ ਦੇ ਰਾਜਿਆਂ ਨੇ ਹੀ ਸ਼ਿਕਾਇਤਾਂ ਅੱਗੇ ਤੱਕ ਕੀਤੀਆਂ, ਔਰੰਗਜ਼ੇਬ ਦੇ ਕੰਨ ਭਰੇ, ਬਾਦਸ਼ਾਹ ਕਿਉਂ ਵੇਸੜਾ ਜਿਹਾ ਹੋ ਕੇ ਪਿਆ, ਗੁਰੂ ਗੋਬਿੰਦ ਸਿੰਘ ਤੇ ਤੇਰਾ ਤਖਤ ਸਾਂਭਣ ਨੂੰ ਫਿਰਦਾ। ਸ਼ੁਰੂ ਕਰਤੀਆਂ, ਰੋਜ਼ ਟ੍ਰੇਨਿੰਗ ਹੁੰਦੀ ਹੈ, ਜਿਨ੍ਹਾਂ ਨੇ ਕਦੇ ਨੰਗੀ ਕਰਦਨੀ ਹੀ ਫੜੀ ਉਹਨਾਂ ਹੱਥਾਂ 'ਚ ਤਲਵਾਰਾਂ ਫੜਾ ਦਿੱਤੀਆਂ, ਉਹਨਾਂ ਨੂੰ ਘੋੜ ਸਵਾਰ ਬਣਾ ਦਿੱਤਾ। ਔਰੰਗਜ਼ੇਬ ਬਾਦਸ਼ਾਹ ਤੇ ਖੁਦ ਚਾਹੁੰਦਾ ਸੀ ਗੁਰੂ ਘਰ ਦੇ ਉੱਤੇ ਚੜ੍ਹਾਈ ਕਰਨੀ, ਉਹਨੂੰ ਮੌਕਾ ਮਿਲ ਗਿਆ। ਅਨੰਦਪੁਰ ਸਾਹਿਬ ਨੂੰ ਸੰਤ ਬਾਬਾ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਬਚਨ ਕੀਤਾ, ਮਈ ਦੇ ਮਹੀਨੇ 'ਚ ਅਨੰਦਪੁਰ ਨੂੰ ਘੇਰ ਲਿਆ ਗਿਆ ਸੀ, ਮਈ ਦੇ ਮਹੀਨੇ 'ਚ। ਇਹ ਘੇਰਾ ਜਿਹੜਾ ਆ 19 ਦਸੰਬਰ ਤੱਕ ਰਿਹਾ ਹੈ, 19 ਦਸੰਬਰ ਤੱਕ, ਐਰਕਾਂ 19 ਦਸੰਬਰ 4 ਪੋਹ ਨੂੰ ਆਇਆ, 19 ਤੱਕ ਰਿਹਾ। ਗੁਰਮੁਖੋ ਇੱਥੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਸਿੰਘਾਂ ਨੂੰ ਕਹਿੰਦੇ ਰਹੇ, ਸਿੰਘੋ ਜੇ ਤੁਸੀਂ ਜ਼ਿਆਦਾ ਚਿਰ ਨਹੀਂ ਨਾ ਰੁਕ ਸਕਦੇ ਤੇ ਇੱਕ ਹਫ਼ਤਾ ਹੋਰ ਭੁੱਖ ਕੱਟ ਲਓ, ਇੱਕ ਹਫ਼ਤਾ ਹੀ ਰੁਕ ਜਾਓ। ਇਹ ਜਿਤਨੇ ਵੀ ਘੇਰ ਕੇ ਅਨੰਦਪੁਰ ਨੂੰ ਬੈਠੇ ਨਾ, ਆਪਣੇ ਆਪ ਹੀ ਤਿੱਤਰ ਹੋ ਜਾਣਾ, ਇਹਨਾਂ ਚਲੇ ਜਾਣਾ। ਪਰ ਸਿੰਘਾਂ ਨੇ ਮਾਤਾ ਜੀ ਕੋਲ ਵੀ ਸਿਫਾਰਿਸ਼ਾਂ ਕੀਤੀਆਂ, ਚਲੋ ਬਾਈ ਧਾਰ ਦੇ ਰਾਜਿਆਂ ਨੇ ਗਊ ਦੀ ਕਸਮ ਵੀ ਚੁੱਕੀ, ਔਰੰਗਜ਼ੇਬ ਬਾਦਸ਼ਾਹ ਵੱਲੋਂ ਕੁਰਾਨ ਦੀ ਕਸਮ ਖਾਧੀ ਗਈ, ਪਰਿਵਾਰ ਦੇ ਕਹਿਣ 'ਤੇ ਮੇਰਾ ਕਲਗੀਆਂ ਵਾਲਾ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਨੂੰ ਛੱਡ ਕੇ ਚੱਲ ਪਿਆ ਹੈ। ਜਦੋਂ ਤੁਰੇ ਆ ਕੀਰਤਪੁਰ ਸਾਹਿਬ ਪੁੱਜ ਛਿੰਡ ਰੁਕੇ ਆ, ਬਾਬੇ ਸੂਰਜਮੱਲ ਜੀ ਦੇ ਦੋ ਪੁੱਤਾਂ ਨੂੰ ਨਾਹਣ ਦੇ ਰਾਜੇ ਮੇਦਨੀ ਪ੍ਰਕਾਸ਼ ਕੋਲ ਭੇਜਣ ਵਾਸਤੇ ਇੱਕ ਮਹਾਰਾਜ ਨੇ ਪੱਤਰਿਕਾ ਲਿਖੀ ਹੈ। ਫਿਰ ਸਤਿਗੁਰੂ ਸਾਹਿਬ ਜੀਆਂ ਨੇ ਆਪਣੇ ਪਿਤਾ ਗੁਰੂ ਜੀਆਂ ਦੇ ਅਸਥਾਨ ਗੁਰਦੁਆਰਾ ਸ਼ੀਸ਼ ਗੰਗ ਸਾਹਿਬ, ਇੱਕ ਤੇ ਦਿੱਲੀ ਆ ਨਾ ਜਿੱਥੇ ਸੀਸ ਲੱਥੇ ਆ, ਇੱਕ ਜਿੱਥੇ ਸੀਸ ਦਾ ਸੰਸਕਾਰ ਹੋਇਆ ਅਨੰਦਪੁਰ ਸਾਹਿਬ ਸ਼ੀਸ਼ ਗੰਗ ਸਾਹਿਬ। ਇੱਥੇ ਗੁਰਮੁਖੋ ਅਰਦਾਸ ਬੇਨਤੀ ਵੀ ਕਲਗੀਆਂ ਵਾਲੇ ਨੇ ਕੀਤੀ, ਤੇ ਇੱਥੇ ਇੱਕ ਗੁਰਬਖਸ਼ ਉਦਾਸੀ ਸੀ, ਉਸ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਸਾਡੇ ਪਿਤਾ ਗੁਰੂ ਜੀ ਦੇ ਅਸਥਾਨ ਤੇ ਧੂਪ ਵੱਟੀ ਕਰਦਾ ਰਹੀ, ਇਸ ਅਸਥਾਨ ਤੇ ਰਹੀ, ਤੇਰੀ ਵਾਹ ਵੱਲ ਕੋਈ ਨਹੀਂ ਵੇਖ ਸਕੂਗਾ, ਰਸਤ ਪਾਣੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਸਦਕਾ ਤੈਨੂੰ ਸੁਭਾਵਕ ਹੀ ਇੱਥੇ ਮਿਲੀ ਜਾਊਗਾ। ਕਹਿਣ ਲੱਗਾ, ਮਹਾਰਾਜ ਰਸਤ ਪਾਣੀ ਤੇ ਮਿਲੂ ਤੁਹਾਡੇ ਦਰਸ਼ਨ, ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਜਦੋਂ ਅੰਮ੍ਰਿਤ ਵੇਲੇ ਕੇਸੀ ਇਸ਼ਨਾਨ ਕਰਕੇ ਵਿਆਹ ਕਰੇਗਾ ਨਾ, ਸਾਧਨਾ ਦੇ ਵਿੱਚ ਨੇਤਰ ਖੋਲਿਆ ਕਰੇਗਾ ਤੇ ਸਾਹਮਣੇ ਸਾਡਾ ਤੈਨੂੰ ਦੀਦਾਰ ਹੋਇਆ ਕਰੇਗਾ, ਦਰਸ਼ਨ ਹੋਇਆ ਕਰੇਗਾ। ਗੁਰਬਖਸ਼ ਉਦਾਸੀ ਨੂੰ ਇਹ ਬਚਨ ਕਰਕੇ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਗੁਰਮੁਖੋ ਸਰਸਾ ਪਾਰ ਕਰਨ ਲੱਗੇ ਹਨ, ਪਰ ਸਰਸਾ ਪਾਰ ਕਰਨ ਤੋਂ ਪਹਿਲਾਂ 20 ਦਸੰਬਰ ਦਾ ਅੰਮ੍ਰਿਤ ਵੇਲਾ ਹੈ, 20 ਦਸੰਬਰ ਦਾ ਅੰਮ੍ਰਿਤ ਵੇਲਾ ਹੈ, ਐਰਕਾਂ ਕਹਿ ਲਈਏ 5 ਪੋਹ ਦਾ ਦਿਨ ਹੈ, ਅਤੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ
ਸਰਸਾ ਨਦੀ ਦੇ ਕਿਨਾਰੇ ਤੇ ਆਸਾ ਕੀ ਵਾਰ ਦਾ ਕੀਰਤਨ ਕੀਤਾ। ਦੇਖੋ ਗੁਰਮੁਖੋ, ਪਿੱਛੋਂ ਗੋਲੀਆਂ ਚੱਲ ਰਹੀਆਂ, ਤੀਰ ਚੱਲ ਰਹੇ ਆ, ਦੁਸ਼ਮਣ ਸਿਰ ਤੇ ਹੈ, ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਅੰਮ੍ਰਿਤ ਵੇਲਾ ਨਹੀਂ ਖੁੰਝਾਇਆ, ਆਸਾ ਕੀ ਵਾਰ ਦਾ ਕੀਰਤਨ ਕੀਤਾ। ਇਸ ਕਰਕੇ ਸਾਨੂੰ ਮਨ ਵਿੱਚ ਵਿਚਾਰਨਾ ਚਾਹੀਦਾ ਆ ਕਿ ਆਸਾ ਕੀ ਵਾਰ ਸਿੱਖ ਲਈ ਅਤੇ ਅੰਮ੍ਰਿਤ ਵੇਲਾ ਸਿੱਖ ਲਈ ਕਿੰਨਾ ਜ਼ਰੂਰੀ ਹੈ, ਕਿੰਨਾ ਜ਼ਰੂਰੀ ਹੈ। ਪਰ ਸਾਡੀ ਔਲਾਦ ਅੰਮ੍ਰਿਤ ਬਾਣੀਆਂ ਵੀ ਛੱਡ ਚੁੱਕੀ ਆ, ਅੰਮ੍ਰਿਤ ਵੇਲਾ ਵੀ ਛੱਡ ਚੁੱਕੀ ਆ, ਆਸਾ ਕੀ ਵਾਰ ਵੀ ਛੱਡ ਚੁੱਕੀ ਆ। ਇਸੇ ਵਾਸਤੇ ਅਸੀਂ ਦੁਖੀ ਹਾਂ, ਇਸੇ ਵਾਸਤੇ ਕਲੇਸ਼ਾਂ 'ਚ ਘਿਰੇ ਪਏ। ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਮਿਲਣਾ। ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਹੋ। ਮੱਛੀ ਦਾ ਜੀਵਨ ਜੇ ਪਾਣੀ ਦੀ ਬਾਣੀ, ਮੱਛੀ ਪਾਣੀ ਤੋਂ ਨਿਕਲੀ ਮਰੂਗੀ, ਸਿੱਖ ਬਾਣੀ ਤੋਂ ਬਾਹਰ ਹੋ ਗਿਆ ਤੇ ਮਰੇਗਾ ਹੀ ਮਰੇ। ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ ਆਸਾ ਕੀ ਵਾਰ ਦਾ ਕੀਰਤਨ ਕੀਤਾ, ਫਿਰ ਗੁਰਮੁਖੋ ਸਰਸਾ ਪਾਰ ਕੀਤੀ ਆ। ਵਿਦਿਆ ਸਾਰ ਗ੍ਰੰਥ, ਨੌ ਮਨ ਦਾ ਗ੍ਰੰਥ ਸੀ, ਉਹ ਵੀ ਸਰਸਾ ਦੇ ਪ੍ਰਵਾਹ ਵਿੱਚ ਰੁੜ ਗਏ। ਬਹੁਤ ਸਾਰੇ ਸਿੰਘ ਜਿਹੜੇ ਉਹ ਵੀ ਗੁਰਮੁਖੋ ਸਰਸਾ ਦੇ ਪ੍ਰਵਾਹ ਵਿੱਚ ਰੁੜ ਗਏ, ਪੰਜ ਭੌਤਿਕ ਸਰੀਰ ਛੱਡ ਗਏ। ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਪਰਿਵਾਰ ਇੱਥੇ ਤਿੰਨ ਹਿੱਸੇ ਹੋ ਗਿਆ। ਸਤਿਕਾਰਯੋਗ ਮਾਤਾ ਸੁੰਦਰ ਕੌਰ ਜੀ, ਸਤਿਕਾਰਯੋਗ ਮਾਤਾ ਸਾਹਿਬ ਕੌਰ ਜੀ, ਇਹ ਦੋਨੇ ਮਾਤਾਵਾਂ ਜਿਹੜੀਆਂ ਹਨ ਭਾਈ ਮਨੀ ਸਿੰਘ ਜੀ ਦੇ ਨਾਲ ਮਾਈ ਬੀਬੋ ਮਾਈ ਬਾਬੋ, ਇਹ ਦੋ ਦਾਸੀਆਂ ਨਾਲ ਰਹੀਆਂ ਹਨ। ਭਾਈ ਜਵਾਹਰ ਸਿੰਘ ਜੀ ਦੇ ਘਰ ਜਾ ਕੇ ਦੋਵੇਂ ਮਾਤਾਵਾਂ ਰਹੀਆਂ, ਇਹ ਮਾਤਾਵਾਂ ਫਿਰ ਆ ਕੇ ਸਭ ਉੱਕੀ ਤਲਵੰਡੀ ਮਿਲਦੀਆਂ ਹਨ, ਉਹ ਸਭ ਅਗਲਾ ਹੈ। ਅਤੇ ਗੁਰਮੁਖੋ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ, ਮਾਤਾ ਜੀ ਨੂੰ ਅਤੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀਆਂ ਨੂੰ ਗੰਗੂ ਬ੍ਰਾਹਮਣ ਆਪਣੇ ਘਰ ਵਿੱਚ ਲੈ ਗਿਆ ਹੈ। ਉਮੇ ਮਾਸਕੀ ਦੀ ਝੌਂਪੜੀ ਵਿੱਚ ਵੀ ਇੱਕ ਰਾਤ ਕੱਟੀ ਆ। ਇੱਥੋਂ ਗੰਗੂ ਬ੍ਰਾਹਮਣ ਫਿਰ ਆਪਣੇ ਪਿੰਡ ਖੇੜੀ ਲੈ ਗਿਆ, ਜਿਹਨੂੰ ਪੰਥ ਸਹੇੜੀ ਕਿਹਾ। ਅਤੇ ਗੁਰਮੁਖੋ ਤੀਜਾ ਪੱਖ ਲਈਏ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਅਤੇ ਗੁਰਮੁਖੋ ਕੁਝ ਸਿੰਘਾਂ ਦੇ ਨਾਲ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਚੱਲਦੇ ਚੱਲਦੇ ਚਮਕੌਰ ਦੀ ਗੜੀ ਵਿੱਚ ਪਹੁੰਚਦੇ ਆ। ਸਤਿਗੁਰੂ ਕੋਟਲੇ ਨੇ ਅਖਾਂ ਵੀ ਰੁਕਦੇ ਆ, ਕੂਰ ਮਾਜਰੇ ਵੀ ਰੁਕਦੇ ਆ। ਸਤਿਗੁਰੂ ਮਹਾਰਾਜ ਚੱਲਦੇ ਚੱਲਦੇ ਚਮਕੌਰ ਦੀ ਗੜੀ 'ਚ ਪਹੁੰਚਦੇ, ਕਵੀ ਸੰਤੋਖ ਸਿੰਘ ਹੁਣੀ ਦੱਸਦੇ ਆ, ਉਹ ਕਹਿੰਦੇ ਇੱਧਰੋਂ ਟਿੱਡੀ ਦਲ ਨੇ ਚਮਕੌਰ ਦੀ ਗੜੀ ਨੂੰ ਘੇਰ ਲਿਆ, ਅਤੇ ਚਮਕੌਰ ਦੀ ਗੜੀ ਇਸ ਤਰ੍ਹਾਂ ਸਮਝੋ ਕਿ ਜਿਵੇਂ ਸਮੁੰਦਰ 'ਚ ਨਿੱਕੀ ਜਿਹੀ ਕਿਸ਼ਤੀ ਹੋ ਗਈ। ਕਿੱਥੇ 10 ਲੱਖ ਨੂੰ ਲੁਖਈਆ, ਗੁਸਨਾ ਜੇ ਕਾਰੇ ਕੁਨੰਦ ਚਿਹਲ ਨਾ ਰੱਖੇ, 10 ਲੱਖ ਬਰੋਜਤ ਬਰੋ ਬੇਖਬਰ। ਜ਼ਫਰਨਾਮੇ 'ਚ ਕਲਗੀਆਂ ਵਾਲੇ ਪਾਤਸ਼ਾਹ ਆਪ ਲਿਖਦੇ ਆ ਕਿ 10 ਲੱਖ ਫੌਜ ਨੇ ਉਸ ਗੜੀ ਨੂੰ ਘੇਰ ਲਿਆ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ, ਗੁਰਮੁਖੋ ਜਦੋਂ ਸ਼ਾਮ ਨੂੰ ਪਹੁੰਚੇ ਆ ਨਾ, ਅਤੇ ਇਹ ਜਿਹੜੀ ਕੱਚੀ ਗੜੀ ਸੀ, ਕੋਈ ਕਿਲ੍ਹਾ ਨਹੀਂ ਤਾਂ ਆਪਾਂ ਦੇਖਦੇ ਹੀ ਹਾਂ ਲਾਹੌਰ ਦਾ ਕਿਲ੍ਹਾ ਜਿੱਥੇ ਮਹਾਰਾਜਾ ਰਣਜੀਤ ਸਿੰਘ ਰਹਿੰਦਾ ਰਿਹਾ, ਲਾਲ ਕਿਲ੍ਹਾ
ਦਿੱਲੀ ਦਾ ਛੋਟੀ ਗੇਟ ਨਾਲ ਬਣਿਆ ਹੋਇਆ, ਮਹਾਰਾਣੀ ਝਾਂਸੀ ਦਾ ਕਿਲ੍ਹਾ, ਜਮਰੌਤ ਦਾ ਕਿਲ੍ਹਾ ਜਿਹਦੀ ਨੀਂਹ ਹਰੀ ਸਿੰਘ ਨਰੂਏ ਨੇ ਆਪ ਰੱਖੀ ਹੈ, ਗਵਾਲੀਅਰ ਦਾ ਕਿਲ੍ਹਾ ਜਿੱਥੇ ਸ਼ਾਹਜਹਾਨ ਵਰਗੇ ਨੂੰ ਕੈਦ ਰੱਖਿਆ ਗਿਆ। ਗੁਰਮੁਖੋ ਜਿੱਥੇ ਕਲਗੀਆਂ ਵਾਲੇ ਪਹੁੰਚੇ ਆ, ਇਹ ਕਿਲ੍ਹਾ ਨਹੀਂ ਬਣਿਆ ਹੋਇਆ, ਇਹ ਕੱਚੀ ਗੜੀ ਆ ਮਿੱਟੀ ਦੀ ਬਣੀ ਹੋਈ, ਜਿਹਦੀਆਂ ਦੋ ਛੱਤਾਂ ਹਨ, ਇਹ ਕੱਚੀ ਗੜੀ ਆ। ਪ੍ਰੋਫੈਸਰ ਸਵਰਨ ਸਿੰਘ ਲਿਖਦੇ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਮਰ ਕੱਸੇ ਤੋਂ ਨੀਲਚਾ ਕੱਢਿਆ ਸ਼ਸਤਰ, ਤੇ ਗੜੀ ਦੀ ਕੰਧ ਨਾਲੋਂ ਥੋੜ੍ਹੀ ਜਿਹੀ ਮਿੱਟੀ ਦੀ ਢੇਰੀ ਤੋੜ ਕੇ ਨਾ ਮਹਾਰਾਜ ਨੇ ਉਹਨੂੰ ਭੂਰਿਆ ਹੈ, ਬਰੀਕ ਕੀਤਾ, ਤੇ ਹਵਾ ਦੇ ਵਿੱਚੋਂ ਮਿੱਟੀ ਉੱਡ ਗਈ। ਭਾਈ ਦਇਆ ਸਿੰਘ ਜੀ ਕੋਲ ਖਲੋਤੇ ਸਨ, ਸਨਿਮਰ ਬੇਨਤੀ ਕੀਤੀ, ਸਤਿਗੁਰੂ ਇਸ ਗੜੀ ਦੇ ਨਾਲ ਕੋਈ ਜ਼ਿਆਦਾ ਪਿਆਰ ਹੈ? ਮਹਾਰਾਜ ਕਹਿੰਦੇ ਹਾਂ। ਦਇਆ ਸਿੰਘ ਨਨਕਾਣਾ ਸਾਹਿਬ ਦੀ ਧਰਤੀ 'ਤੇ ਸਿੱਖੀ ਦਾ ਜਨਮ ਹੋਇਆ ਹੈ, ਜਨਮ ਹੋਇਆ, ਤੇ ਪਟਨਾ ਸਾਹਿਬ ਦੀ ਧਰਤੀ 'ਤੇ ਸਿੱਖੀ ਨੇ ਪੰਗੂਟਾ ਝੂਟਿਆ, ਕੇਸਗੜ੍ਹ ਸਾਹਿਬ ਦੀ ਧਰਤੀ 'ਤੇ ਸਿੱਖੀ ਦਾ ਸਕੂਲ ਬਣਿਆ, ਪਰ ਆਹ ਜਿੱਥੇ ਅੱਜ ਖਲੋਤੇ ਆ ਨਾ, ਇਹ ਸਿੱਖਾਂ ਦੀ ਯੂਨੀਵਰਸਿਟੀ ਆ, ਇੱਥੇ ਕੱਲ੍ਹ ਨੂੰ ਇਮਤਿਹਾਨ ਹੋਣੇ ਆ, ਇਮਤਿਹਾਨ ਹੋਣੇ, ਐਰਕਾ ਸੱਤ ਪੋਹ ਗੁਰਮੁਖੋ 12 ਦਸੰਬਰ ਨੂੰ ਆਇਆ ਹੈ, 8 ਪੋਹ 23 ਦਸੰਬਰ ਨੂੰ ਆਇਆ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਦਇਆ ਸਿਆ ਇਹ ਸਿੱਖੀ ਦੀ ਯੂਨੀਵਰਸਿਟੀ ਹੈ, ਇੱਥੇ ਕੱਲ੍ਹ ਨੂੰ ਇਮਤਿਹਾਨ ਹੋਣੇ ਆ, ਅਤੇ ਮੈਂ ਵੇਖਣਾ ਮੇਰਾ ਕਿਹੜਾ ਪੁੱਤ ਕਿੰਨੇ ਕਿੰਨੇ ਨੰਬਰ ਲੈ ਕੇ ਪਾਸ ਹੁੰਦਾ, ਮੈਂ ਦੇਖਣਾ। ਜਿਸ ਖਿੱਤੇ ਮੇਂ ਹਮ ਕਹਿਤੇ ਤੇ ਆਨਾ ਜੇ ਵੋਹੀ, ਕੱਲ੍ਹ ਲੁੱਟ ਕੇ ਜਿਸ ਜਗ੍ਹਾ ਸੇ ਜਾਣਾ ਜੇ ਵੋਹੀ ਹੈ, ਮਿੱਟੀ ਕਹਿ ਦੇਤੀ ਹੈ ਠਿਕਾਣਾ ਜੇ ਵੋਹੀ ਹੈ। ਅੱਜ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਗੁਰਮੁਖੋ ਆਪਣੇ ਦੋਵਾਂ ਪੁੱਤਾਂ ਦੇ ਕੋਲ ਬਰਾਜਣ ਲੱਗੇ ਆ, ਉੱਪਰਲੇ ਪਾਸੇ ਸਤਿਗੁਰੂ ਸਾਹਿਬ ਦਾ ਆਸਣ ਸਿੰਘਾਂ ਵੱਲੋਂ ਤਿਆਰ ਕੀਤਾ ਗਿਆ ਹੈ, ਇੱਕ ਪਾਸੇ ਅਜੀਤ ਪਿਆ, ਇੱਕ ਪਾਸੇ ਜੁਝਾਰ ਪਿਆ, ਦੋਨੇ ਸਾਹਿਬਜ਼ਾਦੇ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਰਾਤ ਦੇ ਸਮੇਂ ਦੁਸ਼ਮਣ ਨੇ ਭਾਵੇਂ ਗੜੀ ਨੂੰ ਘੇਰਿਆ ਹੋਇਆ, ਕੀਰਤਨ ਸੋਹਲੇ ਦੀ ਬਾਣੀ ਦਾ ਜਾਪ ਕੀਤਾ, ਜਾਪ ਕਰਨ ਉਪਰੰਤ ਥੋੜ੍ਹਾ ਜਿਹਾ ਸਮਾਂ ਬਰਾਜੇ ਆ। ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ ਕਿਹਾ ਕਰਦੇ ਸੀ, ਕਿਸੇ ਸਿੰਘ ਨੇ ਸਵਾਲ ਕੀਤਾ ਕਿ ਮਹਾਂਪੁਰਖੋ ਜੇ ਕਿਤੇ ਰਾਤ ਬਰਾਤ ਦਾ ਸਮਾਂ ਹੋਵੇ ਫਿਰ ਵੀ ਸੋਹਲਾ ਸਾਹਿਬ ਕਰਨਾ ਜ਼ਰੂਰੀ ਹੈ? ਕਹਿੰਦੇ ਹਾਂ, ਨੇਮ ਜ਼ਰੂਰ ਨਿਭਾਓ, ਰੱਖਿਆ ਦੇ ਸ਼ਬਦ ਸੋਹਿਲਾ ਸਾਹਿਬ ਦਾ ਜਾਪ ਅਤੇ ਸੂਖਸ਼ਮ ਅਰਦਾਸ ਕਰਕੇ ਬਰਾਜੋ, ਭਾਵੇਂ 5 ਮਿੰਟ ਹੀ ਬਰਾਜੋ। ਇਹ ਨੇਮ ਹੈ ਜੋ ਸਤਿਗੁਰਾਂ ਨੇ ਆਪ ਨੇਮ ਨੂੰ ਗੁਰਮੁਖੋ ਪ੍ਰਪਾਤ ਰੱਖਿਆ, ਚਮਕੌਰ ਦੀ ਗੜੀ ਵਿੱਚ ਵੀ ਇਸ ਨੇਮ ਨੂੰ ਖੁੰਝਣ ਨਹੀਂ ਦਿੱਤਾ। ਇਤਨੇ ਦੁੱਖ ਦੇ ਵੇਲੇ ਸੋਹਿਲਾ ਸਾਹਿਬ ਦੀ ਬਾਣੀ ਦਾ ਜਾਪ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਕੀਤਾ, ਥੋੜ੍ਹਾ ਜਿਹਾ ਸਮਾਂ, ਥੋੜ੍ਹੇ ਜਿਹੇ ਛਿਨ ਪਰਾਜੇ ਮਾਰਨਾ, ਫਿਰ ਗੁਰਮੁਖੋ ਰਾਤ ਨੂੰ ਉੱਠੇ ਤਾਰਿਆਂ ਦੀ ਛਾਵੇਂ ਛਾਵੇਂ। ਮੈਂ ਸਮਾਪਤੀ ਕਰਾਂ।
ਤਾਰਿਆਂ ਦੀ ਛਾਵੇਂ ਛਾਵੇਂ, ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਹੌਲੀ ਹੌਲੀ ਗੜੀ ਦੀਆਂ ਪੌੜੀਆਂ ਉਤਰੇ ਹਨ। ਕੀ ਦੇਖਿਆ ਹੈ ਕਿ ਸਿੰਘ ਜਿਹੜੇ ਹਨ ਕਈ ਦਿਨਾਂ ਦੇ ਥੱਕੇ ਟੁੱਟੇ ਸਰੀਰ ਧਰਤੀ ਦੇ ਬਰਾਜੇ ਆਂਠੀਆਂ ਦੇ ਸਰਾਣੇ ਬਣਾਏ ਆ, ਕਾਠੀ ਦੇ ਥੱਲੇ ਜਿਹੜਾ ਕੱਪੜਾ ਵਿਛਾਈਦਾ ਉਹ ਥੱਲੇ ਵਿਛਾ ਕੇ ਆਪਣੇ ਕਮਰ ਕੱਸੇ ਖੋਲ੍ਹ ਕੇ ਉੱਪਰ ਲਏ ਹੋਏ ਆ, ਅਤੇ ਗੁਰਮੁਖੋ ਕਈਆਂ ਦੇ ਕੇਸ ਖਿਲਰੇ ਹੋਏ ਆ, ਕੇਸ ਖਿਲਰੇ ਆ, ਦਸਤਾਰੇ ਨੱਥੇ ਆ। ਅਤੇ ਜਿਵੇਂ ਮਾਵਾਂ ਦੀ ਰਾਤ ਨੂੰ ਆਪਣੇ ਬੱਚੇ ਦਾ ਖਿਆਲ ਰੱਖਦੀ ਆ, ਬਾਪ ਭਾਵੇਂ ਵੇਸੜਾ ਹੋ ਕੇ ਸੌਂਜੇ ਪਰ ਮਾਂ ਨਹੀਂ ਸੌਂਦੀ, ਮਾਂ ਤੇ ਘੜੀ ਘੜੀ ਉੱਠ ਕੇ ਆਪਣੇ ਬੱਚਿਆਂ ਦੇ ਉੱਪਰ ਰਜਾਈ ਕੰਬਲ ਦਿੰਦੀ ਆ, ਧਿਆਨ ਰੱਖਦੀ ਆ ਕਿ ਮੇਰੇ ਕਾਕੇ ਨੂੰ, ਮੇਰੇ ਖੂਨ, ਮੇਰੇ ਪੁੱਤ ਨੂੰ ਕਿਤੇ ਠੰਡ ਨਾ ਲੱਗ। ਬਾਕੀ ਸਾਰੇ ਰਿਸ਼ਤੇ ਬਾਹਰੋਂ ਬਣਦੇ ਆ, ਇੱਕ ਮਾਂ ਤੇ ਪੁੱਤ ਦਾ ਰਿਸ਼ਤਾ ਅੰਦਰ ਨਾਲ ਸੰਬੰਧ ਰੱਖਦਾ ਆ, ਕਿਉਂਕਿ ਮਾਂ ਦੇ ਸਰੀਰ ਵਿੱਚੋਂ ਪੁੱਤ ਨੇ ਜਨਮ ਲਿਆ। ਇਸੇ ਲਈ ਕਈ ਵਾਰ ਬੇਨਤੀ, ਸਤਿਕਾਰ ਰੱਖੋ, ਮਾਂ ਦੀ ਗੋਦ ਤੋਂ ਨਿੱਘੀ ਕੋਈ ਥਾਂ ਨਹੀਂ ਹੁੰਦੀ। ਪੁੱਤ ਜਾਨ ਵੀ ਮੰਗੇ ਮਾਂ ਤੋਂ ਨਾਂਹ ਨਹੀਂ ਹੁੰਦੀ, ਸੇਵਾ ਮਾਂ ਦੀ ਕਰ ਲਓ, ਮੌਕਾ ਫੇਰ ਨਹੀਂ ਮਿਲਣਾ। ਕੋਈ ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੀ ਮਾਂ ਨਹੀਂ, ਕੋਈ ਪੁੱਛੇ ਜਿੱਦਣ ਸਾਡੀ ਮਾਂ ਗਈ ਦੁਨੀਆਂ ਤੋਂ। ਬਚਪਨ ਵਿੱਚ ਮੇਰੇ ਪਿਤਾ ਚਲੇ ਗਏ, ਮੇਰੇ ਜਨਮ ਤੋਂ ਪਹਿਲਾਂ ਹੀ ਡੇਢ ਕੁ ਮਹੀਨਾ, 5 ਸਾਲ ਦਾ ਸੀ, ਮਾਤਾ ਚਲੇ ਗਏ, ਪਰ ਇਤਨਾ ਮਹਿਸੂਸ ਨਹੀਂ ਹੋਇਆ। ਜਦੋਂ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਹੁਣਾਂ ਦੀ ਗੁਲਵਕੜੀ ਮਿਲੀ, ਪਿਆਰ ਮਿਲਿਆ, ਮਹਿਸੂਸ ਕੀਤਾ ਸੀ ਅੰਦਰ ਕਿ ਅੱਜ ਮੇਰੀ ਮੈਨੂੰ ਮਾਂ ਵੀ ਮਿਲ ਗਈ ਅਤੇ ਮੇਰਾ ਬਾਪ ਵੀ ਮਿਲ ਗਿਆ, ਸਕੂਨ ਮਿਲਿਆ ਸੀ। ਪਰ ਜਿੱਦਣ ਮਹਾਂਪੁਰਖਾਂ ਨੇ ਸਰੀਰ ਛੱਡਿਆ, ਉੱਦਣ ਧਾਰ ਨਿਕਲੀ ਅਸਲ ਦੇ ਵਿੱਚ, ਅੱਜ ਮੇਰੀ ਮਾਂ ਵੀ ਚਲੇ ਗਈ ਅਤੇ ਅੱਜ ਮੇਰਾ ਬਾਪ ਵੀ ਚਲਿਆ ਗਿਆ। ਅੱਜ ਨਿਸ਼ਾਨ ਤੂੰ ਸੱਚਮੁੱਚ ਹੀ ਯਤੀਮ ਹੋ, ਯਤੀਮ ਹੋ, ਰਹੋ ਵੀ ਜਾ। ਗੁਰਮੁਖੋ, ਜਿਵੇਂ ਇੱਕ ਮਾਂ ਆਪਣੇ ਬੱਚਿਆਂ ਦਾ ਖਿਆਲ ਰੱਖਦੀ ਹੈ ਨਾ, ਇਵੇਂ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਗੜੀ ਤੋਂ ਥਾਂ ਪੌੜੀਆਂ ਉਤਰੇ ਆ, ਅਤੇ ਜਿਨ੍ਹਾਂ ਸਿੰਘਾਂ ਦੇ ਕੇਸ ਖੁੱਲ੍ਹੇ ਸੀ ਹੌਲੀ ਹੌਲੀ ਉਹਨਾਂ ਦੇ ਜੂੜੇ ਕੀਤੇ, ਹੌਲੀ ਹੌਲੀ ਦਸਤਾਰੇ ਸਜਾਏ ਮੇਰੇ ਕਲਗੀਆਂ ਵਾਲੇ ਨੇ ਆਪ, ਫਿਰ ਕਦੇ ਸਿੰਘਾਂ ਦਾ ਮੁੱਖ ਚੁੰਮਦੇ ਆ, ਕਦੇ ਹਲਕੂਮ ਨੂੰ ਚੁੰਮਦੇ, ਅਰਬੀ ਦਾ ਸ਼ਬਦ ਆ ਹਲਕੂਮ, ਕਹਿੰਦੇ ਸਾਹ ਰਗਾ, ਕਦੇ ਸਾਹ ਰਗਾ ਚੁੰਮਦੇ ਆ, ਕਦੇ ਹੱਥਾਂ ਨੂੰ ਚੁੰਮਦੇ ਆ, ਕਦੇ ਮੇਰੇ ਵਿਸ਼ਵੇਸ਼ ਪਿਤਾ 35 ਪੈਰਾਂ ਵਾਲੇ ਪਾਸੇ ਜਾ ਕੇ ਸਿੰਘਾਂ ਦੇ ਚਰਨ ਚੁੰਮ। ਅੱਲਾ ਯਾਰ ਖਾਂ ਜੋਗੀ ਲਿਖਦੇ ਆ, ਕਹਿੰਦਾ ਕੁਛ ਲੇਟ ਕੇ ਖਾਕ ਭੇਜੀ ਬੋਸ਼ ਪਛਾ ਕਰ, ਪਹਿਰਾ ਦੇਣੇ ਲੱਗੇ ਕਈ ਤਲਵਾਰ ਉਠਾ ਕਰ, ਗੋਬਿੰਦ ਵੀ ਸਾਬਾਸ ਹੋਏ ਖੇਮੇ ਮੇਂ ਜਾ ਕਰ, ਦੇਖਾ ਤੋ ਵਹਾਂ ਬੈਠੇ ਹੈ ਗਰਦਨ ਕੋ ਝੁਕਾ ਕਰ, ਵਾਹਿਗੁਰੂ ਵਾਹਿਗੁਰੂ ਹੈ ਮੂੰਹ ਸੇ ਨਿਕਲਤਾ, ਹੈ ਤੂੰ ਹੀ, ਹੈ ਤੂੰ ਹੀ ਮੂੰਹ ਸੇ ਨਿਕਲ। ਇਸ ਤੋਂ ਅੱਗੇ ਅੱਲਾ ਯਾਰ ਖਾਂ ਜੋਗੀ ਲਿਖਦੇ ਆ, ਕਹਿੰਦਾ ਜਿਨ ਸਿੰਘੋ ਨੇ ਕੱਲ ਮੌਤ ਕੇ ਸਾਹ ਤਾ ਉਤਰਨਾ,
ਜਿਨ ਖਾਲਸੋ ਨੇ ਕਲ ਜੰਗ ਮੇਂ ਥਾ ਮਰਨਾ, ਬਾਲੀ ਸੇ ਹੁਆ ਜਬ ਕੇ ਗੁਜਰਨਾ, ਮੁਸ਼ਕਲ ਹੁਆ ਏਕ ਜਗ੍ਹਾ ਸੇ ਕਦਮ ਆਗੇ ਉਤਰਨਾ, ਚੂਮਾ ਕਬੀ ਹਲਕੂਮ ਦਹਿਨ ਚੂਮਨੇ ਬੈਠੇ, ਜਬ ਪੁਰ ਆਏ ਤੋ ਸਿੰਘੋ ਕੇ ਚਰਨ ਚੂਮਨੇ ਬੈਠੇ। ਸਤਿਗੁਰਾਂ ਨੇ ਉਹਨਾਂ ਸੱਚ ਦੇ ਲੜ ਲੱਗਿਆਂ ਦੇ ਚਰਨ ਵੀ ਚੁੰਮੇ, ਜਿੰਨੀ ਪਛਾਤਾ ਸੱਚ ਚੁੰਮਾ ਪੈਰ ਮੂੰਹ। ਦਸ਼ਮੇਸ਼ ਪਿਤਾ ਨੇ ਆਪਣੇ ਲਾਲਾ ਨੂੰ ਫਿਰ ਉੱਪਰ ਜਾ ਕੇ ਦੇਖਿਆ ਹੈ। ਗੁਰਮੁਖੋ ਰਾਤ ਨਿਕਲੀ ਆ ਸੱਤ ਪੋਹ ਦੀ, ਅੱਠ ਪੋਹ ਨੂੰ ਚਮਕੌਰ ਦਾ ਜੰਗ ਹੋਇਆ। ਜਿਵੇਂ ਗੁਰਮੁਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ, ਜਾਨ ਤੋਂ ਪਿਆਰੇ ਸਿੰਘਾਂ ਨੇ ਸ਼ਹੀਦੀਆਂ ਪਾਈਆਂ, ਉਹ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਸਰਵਣ ਕਰਾਂਗੇ। ਜਿੱਥੇ ਪ੍ਰਸੰਗ ਛੱਡਿਆ ਲੜੀ, ਇੱਥੋਂ ਹੀ ਕੱਲ੍ਹ ਨੂੰ ਤੋਰਾਂਗੇ। ਗੁਰੂ ਕਿਰਪਾ ਕਰੇ, ਰਹਿਮਤ ਕਰੇ, ਹੋਈ ਭੁੱਲ ਚੁੱਕ ਦੀ ਮੁਆਫ਼ੀ ਬਖਸ਼ੋ, ਅੱਗੇ ਤੋਂ ਸਮਰਥ ਬਖਸ਼ਿਸ਼ ਕਰੋ, ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਰਾਂਦੇ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸਿੱਧੀ ਮਨ ਵਚੀਆਂ, ਵਾਧਾਈਆਂ ਰਾਮ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸਤਿਗੁਰ ਤਾਂ ਗਾਵੋ, ਹਰੀ ਕੇਰਾ ਮਨ ਜੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ, ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸਵਾਮੀ, ਸੋ ਕਿਹੋ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ, ਹਰ ਨਾਲੇ ਸਾਚੇ ਸਾਹਿਬਾ ਕਾ ਨਾਹੀਂ ਕਰਤੇ ਹੈ।